ना जी ਤੁਹਾਡਾ ਨੱਥਾ ਸਿੰਘ। ਪਿੰਡ ਹੁਕੜਾ? ਹਾਂਜੀ। ਠੀਕ। ਜੱਦੀ ਪੁਸ਼ਤੀ ਇੱਥੇ ਦੇ ਰਹਿਣ ਵਾਲੇ ਆ? ਨਹੀਂ, ਜਨਮ ਕਿੱਥੇ ਹੋਇਆ ਸੀ? ਜਨਮ ਹੋਇਆ ਸੀ ਪਾਕਿਸਤਾਨ 'ਚ, ਅੱਠ ਚੱਕ ਪਿੰਡ ਸੀ ਸੈਣੀਆਂ ਦਾ, ਸੈਣੀ ਬਾਗ। ਸੈਣੀ ਬਾਗ ਜਿੱਥੇ ਸਕੂਲ ਸੀ, ਜਿੱਥੇ ਸਕੂਲ ਸੀ, ਜ਼ਿਲ੍ਹਾ ਸ਼ੇਖੂਪੁਰਾ? ਜ਼ਿਲ੍ਹਾ ਸ਼ੇਖੂਪੁਰਾ ਬਿਲਕੁਲ ਨੇੜੇ ਸੀਗਾ ਸ਼ਹਿਰ ਤੋਂ ਤਾਂ। ਸ਼ਹਿਰ ਕੀ? ਸ਼ਹਿਰ ਤੋਂ ਜ਼ਿਲ੍ਹਾ ਸ਼ੇਖੂਪੁਰ? ਤੁਹਾਡਾ ਪਿੰਡ ਅਤੇ ਤੁਹਾਡਾ ਸ਼ੇਖੂਪੁਰ ਨੇੜੇ ਨੇੜੇ ਸੀਗੇ? ਨਹੀਂ, ਸ਼ੇਖੂਪੁਰ ਦੂਰ ਸੀ। ਅੱਛਾ ਜੀ। ਤਾਂ ਮਾਤਾ ਨਨਕਾਣਾ ਸਾਹਿਬ ਲਾਗੇ ਸੀ, ਤੁਹਾਡੇ ਨਨਕਾਣਾ ਸਾਹਿਬ ਲਾਗੇ ਸੀਗਾ? ਪੰਜ ਨਨਕਾਣਾ ਸਾਹਿਬ ਭੋਲੇ ਚੱਕ, ਇੱਕ ਮਰਬਾ ਸਾਡਾ ਭੋਲੇ ਚੱਕ ਸੀ, ਇੱਕ ਸੀ ਅੱਠ ਚੱਕ। ਅੱਛਾ ਜੀ। ਭੋਲੇ ਭੋਲਾ ਜੈਲ ਦਾ ਸੀ, ਭੋਲਾ ਚੱਕ ਦਾ ਸੀਗਾ ਸੈਣੀ ਉਹ? ਹਾਂਜੀ। ਉਹ ਕਿਹੜੇ ਪਿੰਡ ਤੋਂ ਗਏ ਸੀ? ਉਹ ਪਿੰਡ ਦੇ ਹੋਇਆ ਮਿਰਜਾਪੁਰ ਦੇ, ਇੱਧਰੋਂ ਮਿਰਜਾਪੁਰ ਧਾਲੀਵਾਲ ਦੇ। ਹਾਂ। ਠੀਕ। ਤੁਹਾਡੀ ਗੋਤ ਕੀ ਆ? ਸਾਡੀ ਗੋਤ? ਹਾਂਜੀ, ਮੁੰਦ। ਮੁੰਡ? ਅੱਛਾ। ਹੋਰ ਵੀ ਕਈ ਪਿੰਡਾਂ 'ਚ ਹੈਗੇ ਆ? ਹਾਂਜੀ, ਹੋਰ ਪਿੰਡਾਂ 'ਚ ਵੀ ਹੈਗੀ ਹੈ ਗੋਤ ਮੁੰਦ? ਹਾਂਜੀ, ਹਰਸ਼ੀ ਪਿੰਡ ਪੂਰਾ ਮੁੰਦਾ ਦਾ। ਤਾਂ ਤੁਸੀਂ ਹਰਸ਼ੀ ਪਿੰਡ ਦੇ ਆ ਜੱਦੀ? ਹਾਂਜੀ, ਜਿਹੜਾ ਟਾਂਡੇ ਕੋਲ ਆ? ਹਾਂਜੀ। ਅੱਛਾ। ਫਿਰ ਤੁਸੀਂ ਇਹ ਦੱਸੋ ਵੀ ਤੁਸੀਂ ਸਹੀ ਸਲਾਮਤ ਆ ਗਏ ਉਦੋਂ, ਫਿਰ ਉੱਥੇ ਉਸ ਪਿੰਡ 'ਚ ਕੌਣ ਕੌਣ ਰਹਿੰਦੇ ਸੀ? ਸਾਰੇ ਪਿੰਡ ਨਹੀਂ, ਸੈਣੀ? ਉਸ ਵਕਤ ਮੈਂ ਉੱਥੇ ਨਹੀਂ ਸੀ, ਮੈਂ ਜਲੰਧਰ ਸੀ। ਅੱਛਾ ਜੀ। ਉਸ ਵਕਤ ਮੈਂ ਜਲੰਧਰ ਸੀ, ਮੇਰਾ ਬਾਪ ਰੇਲਵੇ 'ਚ ਨੌਕਰ ਸੀ। ਅੱਛਾ। ਕੁਝ ਰੱਖ ਦਿਓ, ਮੇਰੇ ਮਿਲ ਨਾਲ ਆਵਾਜ਼ ਲਿਖਦੇ ਹਾਂ। ਹਾਂਜੀ, ਆਵਾਜ਼ ਵੀ ਭਰਦੇ ਹਾਂ। ਹਾਂਜੀ ਹਾਂਜੀ। ਜਿਸ ਵਕਤ ਵੱਢ ਵਡਾਂਗਾ ਹੋਇਆ, ਉਸ ਵਕਤ ਉਸ ਹੀ ਦਿਨ ਮੈਂ 9 ਵਜੇ ਦਿਨ ਦੇ ਲਾਹੌਰ ਸੀ। ਜਿੱਦਣ ਹੋਇਆ? ਜਿੱਦਣ ਵੱਢ ਵਡਾਂਗਾ 1947 ਹੋਈ। ਅੱਛਾ। ਮੈਂ 9 ਵਜੇ ਲਾਹੌਰ ਸੀ। ਅੱਛਾ ਜੀ। ਉਸ ਵਕਤ ਮੈਂ ਨਨਕਾਣਾ ਸਾਹਿਬ ਦੀ ਗੱਡੀ ਦੇ ਵਿੱਚ ਬੈਠਾ ਆ ਸਰ। ਅੱਛਾ ਜੀ। ਤਾਂ ਮੈਨੂੰ ਮੇਰੇ ਬਜ਼ੁਰਗ ਵੀ ਮੇਰੇ ਨਾਲ ਸੀਗੇ। ਅੱਛਾ। ਸਾਨੂੰ ਕਿਸੇ ਬੰਦੇ ਨੇ ਮੇਰੇ ਬਜ਼ੁਰਗ ਨੂੰ ਛੱਕ ਕੇ ਪਾ ਦਿੱਤੀ ਸੀ, ਇਹ ਬਣਨਾ ਪਾਕਿਸਤਾਨ ਤਾਂ ਉਹ ਬਣਨਾ ਹਿੰਦੁਸਤਾਨ। ਠੀਕ। ਇਹ ਬਣਨਾ ਪਾਕਿਸਤਾਨ ਤਾਂ ਉਹ ਬਣਨਾ ਹਿੰਦੁਸਤਾਨ। ਮੇਰਾ ਬਾਪ ਸੀ ਰੇਲਵੇ 'ਚ ਨੌਕਰ। ਜੀ ਜੀ। ਉੱਥੋਂ ਅਸੀਂ ਫਿਰ ਜਿਹੜੀ ਇੱਧਰ ਨੂੰ ਗੱਡੀ ਆਖਰੀ ਗੱਡੀ ਆਉਣੀ ਸੀ, ਉਹਦੇ ਵਿੱਚ ਨੱਠ ਕੇ ਬੜੀ ਮੁਸ਼ਕਲ ਨਾਲ ਚੜ੍ਹੇ, ਪਰ ਫਿਰ ਵੀ ਚੜ੍ਹ ਨਹੀਂ ਹੋਇਆ। ਫਿਰ ਮੈਨੂੰ ਬਾਪ ਨੇ ਮੈਨੂੰ ਉੱਪਰ ਨੂੰ ਚੁੱਕਿਆ ਅਤੇ ਇੱਕ ਜਨਾਨੀ ਨੇ ਮੈਨੂੰ ਖਿੱਚ ਕੇ ਗੱਡੀ ਦੇ ਵਿੱਚ ਕਰ ਲਿਆ। ਤਾਂ ਮੇਰਾ ਬਾਪ ਰੇਲਵੇ 'ਚ ਨੌਕਰੀ ਕਰਦਾ ਸੀ, ਉਹ ਕਿਸੇ ਵੀ ਡੱਬੇ ਵਿੱਚ ਇੱਕ ਡੱਬਾ ਡੱਬਾ ਫੜ ਕੇ ਜਾਂ ਕਿਸੇ ਤਰ੍ਹਾਂ ਉਹ ਗੱਡੀ ਵਿੱਚ ਚੜ੍ਹ ਗਿਆ। ਠੀਕ। ਤਾਂ ਜਿਸ ਵਕਤ ਜਲੰਧਰ ਆਏ ਤਾਂ ਉਹਦੇ ਪਟਾਂਗਾ ਚਾਲੂ ਸੀ। ਜਲੰਧਰ ਵੀ? ਜਲੰਧਰ ਹੋ ਗਿਆ ਸੀ ਚਾਲੂ। ਅੱਛਾ। 11 ਵਜੇ ਦਿਨ ਦੇ, ਉੱਥੇ ਤਾਂ 9 ਵਜੇ ਸੀ ਨਾ ਲਾਹੌਰ, ਤਾਂ 9 ਵਜੇ ਗੱਡੀ ਚੜ੍ਹੋ ਨਾ। ਅੱਛਾ। ਜਿਸ ਵਕਤ ਅਸੀਂ ਜਲੰਧਰ ਆਏ ਤਾਂ ਉਸ ਵਕਤ ਵਡਾਂਗਾ ਚਾਲੂ ਸੀ, 1947 ਦਾ ਦਿਨ ਸੀ। ਮੈਂ ਉਹ ਲਾਸ਼ਾਂ ਦੇਖੀਆਂ ਤੁਸੀਂ? ਲਾਸ਼ਾਂ ਇੱਕ ਗੱਡੀ ਵੱਢ ਕੇ ਪਾਕਿਸਤਾਨ ਦੇ ਬੰਦਿਆਂ ਨੇ ਹਿੰਦੁਸਤਾਨ 'ਚ ਭੇਜ ਦਿੱਤੀ। ਅੱਛਾ। ਇੱਕ ਰੇਲ ਗੱਡੀ ਵੱਢ ਕੇ ਪਾਕਿਸਤਾਨ ਦੇ ਬੰਦਿਆਂ ਨੇ ਹਿੰਦੁਸਤਾਨ ਭੇਜ ਦਿੱਤੀ। ਉਹ ਇੱਦਾਂ ਭੇਜੀ ਗਈ, ਭੇਜਣ ਦਾ ਇੱਕ ਮਾਨਸਾ ਸਿੰਘ ਡਰਾਈਵਰ ਸੀ, ਜਾਤ ਦਾ ਝੀਲ ਸੀ। ਅੱਛਾ। ਉਹਦੀ ਇੱਕ ਲੜਕੀ ਸੀ, 2 ਲੜਕੇ ਸੀ। ਉਹ ਜਲੰਧਰ ਨੂੰ ਸਪੈਸ਼ਲ ਤਿਆਰ ਕਰਕੇ ਤਾਂ ਆਪਣੇ ਹਿੰਦੂਆਂ ਨੂੰ ਪਾਕਿਸਤਾਨ 'ਚੋਂ ਲੈਣ ਵਾਸਤੇ ਗਿਆ ਸੀ। ਅੱਛਾ। ਸਾਡੀ ਗੌਰਮੈਂਟ ਤਾਂ ਉਸ ਗੌਰਮੈਂਟ ਨੂੰ ਤੁਹਾਨੂੰ ਪਚਾ ਦੇ ਕੇ ਤਾਂ ਗਿਆ ਸੀ ਉਹ। ਅੱਛਾ। ਇਹ ਗੱਡੀ ਉੱਧੇ ਲੈ ਗਿਆ ਸੀ? ਦੋਹਾਂ ਨੂੰ ਪਚਾ ਦੇ ਕੇ ਗਿਆ ਸੀ ਉਹ, ਸਫੈਸ਼ਤ ਤਿਆਰ ਕੀਤੀ ਸੀ ਜਲੰਧਰ। ਅੱਛਾ। ਉਸ ਮੌਕੇ ਦੇ ਲਿਹਾਜ਼ ਨਾਲ ਮੇਰੇ ਡੈਡੀ ਜਿਹੜੇ ਸੀ ਉਹ ਮਹਿਕਮੇ ਦੇ ਵਿੱਚ ਫਿਲਡਰ ਸੀਗੇ। ਅੱਛਾ। ਇਹਨੇ ਆਪ ਉਹ ਸਫੈਸ਼ਲ ਤਿਆਰ ਕੀਤੀ ਸੀ, ਜਿਹੜੇ ਮੁਲਾਜ਼ਮ ਵੀ ਸੀ ਉਹ ਤਕਰੀਬਨ ਜ਼ਿਆਦਾ ਨੱਸ ਗਏ ਸੀਗੇ। ਬਸ ਵੱਢ ਵਡਾਂਗਾ ਚਾਲੂ ਹੋ ਗਿਆ ਸੀਗਾ।
ਅਤੇ ਉਸ ਵਕਤ ਜਿਹੜੇ ਲੋਕ ਸੀ ਇਕੱਠੇ ਚਿਕਿੱਟੀ ਕੈਂਪ ਬਣ ਗਿਆ ਸੀ। ਉਹ ਕਿਸੇ ਢੰਗ ਨਾਲ ਚਿਕਿੱਟੀ ਉਸੇ ਦੇ ਗੱਡੀ ਨੂੰ ਲੈ ਗਿਆ ਸੀ ਉਹ। ਅੱਛਾ ਜੀ। ਉੱਥੋਂ ਫਿਰ ਲੋਕਾਂ ਨੂੰ ਪਚਾ ਦੇ ਕੇ ਤਾਂ ਮੁਸਲਮਾਨ ਉਹਦੇ ਵਿੱਚ ਫਿਰ ਹੋਣ ਕਿਹਾ ਵੀ ਭਲੇ ਦਾ ਹੀ ਭਲਾ ਹੁੰਦਾ। ਅੱਛਾ, ਮੁਸਲਮਾਨ ਵਿੱਚ ਬਿਠਾ ਕੇ ਲੈ ਗਿਆ। ਆਹੋ, ਵੀ ਭਲੇ ਨਾਲ ਹੀ ਭਲਾ ਹੁੰਦਾ। ਇੱਕ ਪਾਸੇ ਦਾ ਭਲਾ ਭਲਾਓ, ਦੂਜੇ ਪਾਸੇ ਦਾ ਬੁਰਾ ਕਰੋ ਤਾਂ ਨਹੀਂ ਹੁੰਦਾ। ਵਾਹ ਜੀ ਵਾਹ, ਭਲੇ ਦਾ ਹੀ ਭਲਾ ਹੁੰਦਾ। ਹੁਣ ਉਸ ਵਕਤ ਮੇਰੇ ਬਾਪ ਦਾ ਬੜਾ ਸੱਜਣ ਮਿੱਤਰ ਸੀ ਉਹ, ਜਿਹੜਾ ਡਰਾਈਵਰ ਸੀ ਮਨਸਾ ਸਿੰਘ, ਉਹਦੀ ਚਿੰਮੀ ਤੀਵੀਂ ਦਾ ਨਾਂ ਚਿੰਤੀ ਸੀ। ਕਿਹੜਾ ਪਿੰਡ ਸੀ ਉਹਨਾਂ ਦਾ? ਪਿੰਡ ਤਾਂ ਉਹਨਾਂ ਦਾ ਸੀਗਾ ਜੇਜੋ ਵਾਲਾ। ਅੱਛਾ, ਹੁਸ਼ਿਆਰਪੁਰ ਦਾ ਸੀ ਬੰਦਾ ਉਹ? ਨਹੀਂ ਨਹੀਂ, ਜਾਹੋ ਜਿਹੜੇ ਹੁਸ਼ਿਆਰਪੁਰ ਦਾ ਜੇਜੋ ਵਾਲਾ ਪਿੰਡ ਸੀਗਾ। ਅੱਛਾ ਜੀ, ਉਹਨਾਂ ਪਿੰਡ ਜੇਜੋ ਵਾਲਾ ਸੀਗਾ, ਮੈਨੂੰ ਚੇਤਾ ਨਹੀਂ ਹੁਣ ਮੌਕੇ ਦੇ। ਠੀਕ ਠੀਕ ਠੀਕ। ਅਤੇ ਮੁਸਲਮਾਨਾਂ ਨਾਲ ਇੰਨਾ ਜਰਾਨਾ ਸੀਗਾ ਮੇਰੇ ਬਾਪ ਦਾ। ਠੀਕ। ਜਿਸ ਦਿਨ ਮੇਰਾ ਜਨਮ ਹੋਇਆ ਤਾਂ ਉਸ ਦਿਨ ਇੱਕ ਮੁਸਲਮਾਨੀ ਦੇ ਘਰ ਵੀ ਜਨਮ ਹੋਇਆ ਜੀ। ਤਾਂ ਮੁਸਲਮਾਨ ਦੀ ਤੀਵੀਂ ਨੇ ਮੇਰੇ ਗਲ ਵਿੱਚ ਨੱਥ ਸੋਨੇ ਦੀ ਪਾਈ ਸੀ। ਵਾਹ ਜੀ ਵਾਹ। ਤਾਂ ਮੇਰਾ ਨਾਂ ਨੱਥੂ ਰੱਖਿਆ ਸੀ। ਤਾਂ ਤੁਹਾਡਾ ਨੱਥੂ ਰੱਖਿਆ ਸੀ? ਬੱਲੇ 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 ਬੱਲੇ। ਤਾਂ ਮੇਰੀ ਮਾਂ ਨੇ ਉਹਦੇ ਮੁੰਡੇ ਦੇ ਨਾਂ, ਉਹਦੇ ਮੁੰਡੇ ਦੇ ਨੱਕ ਵਿੱਚ ਨੱਥ ਪਾਈ ਸੀ। ਅੱਛਾ। ਉਹਦਾ ਨਾਂ ਵੀ ਨੱਥੂ ਰੱਖਿਆ ਸੀ। ਉਹ ਬੱਲੇ, ਉਹ ਲਾਹੌਰ ਦੇ ਰਹਿਣ ਵਾਲਾ ਸੀ। ਨਾਮ ਨਾਮ ਚੇਤੇ? ਉਹਦਾ ਨਾਂ ਵੀ ਨੱਥੂ ਰੱਖਿਆ ਤਾ। ਉਹਦਾ ਨਾਂ ਜੇ ਮੁਸਲਮਾਨ ਦਾ ਨਾਂ? ਹਾਂਜੀ, ਹੁਬਦਾਰ। ਹਾਂਜੀ, ਹੁਬਦਾਰ। ਹੁਬਦਾਰ, ਹੁਬਦਾਰ। ਅੱਛਾ ਅੱਛਾ। ਤਾਂ ਉਹਦੀ ਜਿਹੜੀ ਘਰ ਵਾਲੀ ਸੀ ਉਹਦਾ ਨਾਂ ਸੀ ਨੂਰ ਜਹਾਂ। ਉਹਦਾ ਨਾਂ ਸੀ ਨੂਰ ਜਹਾਂ। ਉਹ ਜਿਸ ਵਕਤ ਗੱਡੀ ਲੈ ਕੇ ਲਾਹੌਰ ਚਲੇ ਗਿਆ ਜੀ, ਜਿਹੜਾ ਡਰਾਈਵਰ ਸੀ, ਉਹਦੇ ਨੂੰ ਸਾਰੇ ਦੇ ਸਾਰੇ ਮੁਸਲਮਾਨ ਉਤਾਰ ਦਿੱਤੇ। ਅੱਛਾ, ਲਾਹੌਰ। ਲਾਹੌਰ, ਠੀਕ। ਉੱਥੋਂ ਫਿਰ ਉਹ ਹਿੰਦੂਆਂ ਦੀ ਸ਼ਫੈਸ਼ਟ ਪੜ ਕੇ ਹਿੰਦੁਸਤਾਨ ਨੂੰ ਤੁਰਿਆ। ਅੱਛਾ, ਹਿੰਦੂਆਂ ਦੀ ਸ਼ਫੈਸ਼ਟ ਪੜ ਕੇ ਹਿੰਦੁਸਤਾਨ ਨੂੰ ਤੁਰਿਆ। ਪਰ ਉਹਦਾ ਭੇਤ ਨਿਕਲ ਗਿਆ, ਉਹਦੇ ਮਗਰ ਮੁਸਲਮਾਨ ਲੱਗ ਆਏ। ਰੇਲਵੇ ਲਾਈਨ ਦੇ ਲਾਗੋਂ ਦੀ ਰੇਲਵੇ ਲਾਈਨ ਦੇ ਲਾਗਿਓਂ ਦੀ ਮਾਤਰੋਂ ਸੜਕ ਹੁੰਦੀ ਸੀ ਪੱਕੀ ਜੀ, ਜਿਹੜੀ ਬੰਬੇ ਔਰ ਦਿੱਲੀ ਤੱਕ ਜਾਂਦੀ ਸੀ, ਗਾਹਾਂ ਜਾਂਦੀ ਸੀ। ਹਿੰਦੂ ਅੰਗਰੇਜ਼ਾਂ ਨੇ ਆਪਣੀ ਸੇਵ ਵਾਸਤੇ ਅੰਗਰੇਜ਼ ਦੇ ਨਾਲ ਹਰੇਕ ਲਾਈਨ, ਵੱਡੀ ਲਾਈਨ ਦੇ ਮੀਲ ਲਾਈਨ ਦੇ ਨਾਲ ਸੜਕ ਵੀ ਹੁੰਦੀ ਸੀ ਜੀ। ਉਹਨੀ ਛੱਡ ਕੇ ਆਪਣੀ ਮਸ਼ੀਨਰੀ ਜਾਂ ਕੋਈ ਜੀਪਾਂ ਜਾਂ ਕੋਈ ਚੀਜ਼ਾਂ ਮਾ ਕੇ ਤਾਂ ਮੂਹਰੇ ਰੇਲਵੇ ਫਾਟਕ ਪੈਂਦਾ ਸੀਗਾ, ਉੱਥੇ ਲੈ ਕੇ ਵੋਟ ਲੈ ਕੇ ਖੜ੍ਹੇ ਹੋ ਗਏ। ਉਹਦੇ ਵਿੱਚ ਪਤਾ ਨਹੀਂ ਉਹ ਗਰਨੇਡ ਸੁੱਟੇ ਕੀ ਸੁੱਟੇ, ਪਰ ਇੰਜਨ ਦੇ ਵਿੱਚੋਂ ਡਿੱਗ ਪੈਂਦਾ, ਜਿਹਦੇ ਵਿੱਚੋਂ ਡਰਾਈਵਰ ਫਾਇਰਮੈਨ ਕਲਿੰਡਰ ਦੀ ਤਿੰਨਾਂ ਦੀ ਮੌਤ ਹੋ ਗਈ। ਉਹ ਮਾਰਿਆ ਗਿਆ ਬੰਦਾ? ਤਿੰਨੇ ਹੀ ਮਾਰੇ ਗਏ। ਅੱਛਾ, ਗੱਡੀ ਵਿੱਚ ਇੰਨਾ ਐਕਸਟ੍ਰੀਮ ਪੈਦਾ ਕੀਤਾ ਸੀ, ਪਰ ਜਿਹੜੀ ਆ ਕੇ ਹਿੰਦੁਸਤਾਨ ਦੇ ਵਿੱਚ ਗੱਡੀ ਆ ਕੇ 2-4 ਕਿਲੋਮੀਟਰ 2-4 ਮੀਲ ਆ ਕੇ ਹਿੰਦੁਸਤਾਨ ਦੇ ਵਿੱਚ ਖੜ੍ਹੀ ਹੋਈ ਉਹ। ਅੱਛਾ, ਮਰਨ ਤੋਂ ਬਾਅਦ? ਮਰਨ ਅਸਟ੍ਰੀਮ ਪੈਦਾ ਕੀਤਾ ਸੀ ਨਾ, ਗੱਡੀ ਆਪਣੀ ਪੂਰੀ ਸਪੀਡ 'ਤੇ ਆਉਂਦੀ ਸੀ ਨਾ। ਅੱਛਾ, ਗੱਡੀ ਆਪਣੀ ਪੂਰੀ ਸਪੀਡ 'ਤੇ ਆਉਂਦੀ ਸੀ ਨਾ, ਫਿਰ ਜਿਹੜੇ ਉਹਦਾ ਵੈਕਮ ਜਿਹੜਾ ਖਤਮ ਹੋ ਗਿਆ, ਜਿਹੜੇ ਉਹਦੀ ਸਪੀਡ ਜਿਹੜੀ ਹੈ ਕੋਲਾ ਪੈਣਾ ਬੰਦ ਹੋ ਗਿਆ, ਕੋਈ ਡਰਾਈਵਰ ਫਾਇਰਮੈਨ ਕਲਿੰਡਰ ਤਿੰਨੇ ਹੀ ਮਾਰੇ ਗਏ ਸੀ। ਉਹਦੇ ਅਮਰੀਕਨ ਇੰਜਨ ਉਹਦੇ ਨਾਲ ਲੱਗਾਇਆ ਸੀ ਗੱਡੀ ਦੇ ਨਾਲ, ਬੜਾ ਇੰਜਨ ਲੱਗਾ ਸੀ 13 ਚੱਕਾ। ਜੀ ਜੀ। ਜਦੋਂ ਹਿੰਦੁਸਤਾਨ ਦੇ ਵਿੱਚ ਆ ਕੇ ਖੜ੍ਹੀ ਹੋ ਗਈ, ਫਿਰ ਉਹ ਗੱਡੀ ਦੇ ਵਿੱਚ ਬਾਕੀ ਜਿਹੜੇ ਬੰਦੇ ਸੀ ਸਾਰੇ ਜਿੰਦੇ ਰਹਿ ਗਏ, ਪਰ ਉਹਦੀ ਲਾਸ਼ ਜਿਹੜੀ ਸੀ ਜਲੰਧਰ ਆਉਂਦੀ ਗਈ, ਮਨਸਾ ਸਿੰਘ ਦੀ। ਮਨਸਾ ਸਿੰਘ ਦੀ। ਪਰ ਉਸ ਮੌਕੇ ਦੇ ਲਿਹਾਜ਼ ਨਾਲ ਸਰਕਾਰ ਦੀ ਕੋਈ ਉਹਦੇ ਪਰਿਵਾਰ ਨੂੰ ਕੋਈ ਮਦਦ ਨਹੀਂ ਹੋ ਸਕੀ। ਇਹਨੇ ਐਡਾ ਵੱਡਾ ਕੰਮ ਕੀਤਾ। ਆਹੋ, ਉਸ ਮੌਕੇ ਦੇ ਲਿਹਾਜ਼ ਨਾਲ ਸਰਕਾਰ ਨੂੰ ਕੋਈ ਮਦਦ, ਸਰਕਾਰ ਦੀ ਕਿਉਂ, ਅੰਗਰੇਜ਼ ਸਰਕਾਰ ਤਾਂ ਨਿਕਲ ਗਈ ਸੀ, ਹਿੰਦੁਸਤਾਨ ਵਿੱਚ ਉਹਨਾਂ ਦਾ ਕੰਟਰੋਲ ਨਹੀਂ ਸੀ ਉਸ, ਸਾਡੀ ਹਿੰਦੁਸਤਾਨ ਦੀ ਸਰਕਾਰ ਦਾ ਕੁਝ ਕੰਟਰੋਲ ਹੁੰਦਾ ਤਾਂ ਫਿਰ ਵੱਢ ਬਣਗਾ ਨਹੀਂ ਹੋ ਸਕਦਾ। ਬਿਲਕੁਲ, ਜੇ ਕੰਟਰੋਲ ਹੁੰਦਾ ਫਿਰ ਵੱਢ ਬਣਗਾ ਨਹੀਂ ਹੋ ਸਕਦਾ ਸੀਗਾ। ਅਤੇ ਉਹਦੇ ਬਾਅਦ ਫਿਰ
ਜਿਹੜੇ ਜੰਦਲ ਦੇ ਬੰਦੇ ਸੀ ਜੋ ਮੌਕੇ ਦੇ ਇਲਾਜ ਦੇ ਨਾਲ ਜਿਹੜਾ ਮਹਿਕਮੇ ਦਾ ਹੈਟਰੀ ਅਫਸਰ ਸੀ ਉਹਦਾ ਨਾਂ ਸੀ ਸਰਦਾਰ ਧੰਨਾ ਸਿੰਘ। ਅੱਛਾ, ਹੁਣ ਕਿਹਾ ਉਹਦੀ ਜਨਾਨੀ ਨੂੰ ਵੀ ਤੂੰ ਇੱਥੇ ਮਕਾਨ ਦੇ ਵਿੱਚ ਰਹਿ, ਤੈਨੂੰ ਇੱਥੇ ਕੋਈ ਕੱਢਿਆ ਨਹੀਂ ਜਾਊਗਾ। ਉਸ ਮੌਕੇ ਦੇ ਇਲਾਜ ਨੇ ਕਿ ਰੇਲਵੇ ਦਾ ਮੁਲਾਜ਼ਮ ਸੀਗਾ, ਉਹਦਾ ਨਾਂ ਸੀ ਦੀਨਾ ਨਾਥ। ਉਹਨਾਂ 'ਚ ਜਿੰਨਾ ਚਿਰ ਤੇਰੀ ਮੇਰੀ ਜ਼ਿੰਦਗੀ ਆ ਤੇਰੇ ਬੱਚਿਆਂ ਦਾ ਪਾਲਣ ਪੋਸ਼ਣ ਮੈਂ ਕਰੂੰਗਾ, ਤੇਰੇ ਬੱਚਿਆਂ ਦਾ ਪਾਲਣ ਪੋਸ਼ਣ ਮੈਂ ਕਰੂੰਗਾ। ਉਹ ਜਿਹੜੀ ਚਿੰਪੀ ਸੀ ਉਹਦੇ ਘਰ ਵਿੱਚ, ਉਹ ਅਮੀਰ ਆਦਮੀ ਸੀ, ਉਹਦੇ ਘਰ 'ਚ ਭਾਂਡੇ ਮਾਂਜ ਮਾਂਜ ਕੇ ਫਿਰ ਉਹਨੂੰ ਫਿਰ ਉਹਦੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ। ਬੱਚੇ ਮਿਲੇ ਉਹਦੇ ਕਦੀ ਮੁੜ ਕੇ ਤੁਹਾਨੂੰ? ਬੱਚੇ ਤਿੰਨ ਸੀ, ਇਹ ਦੋ ਲੜਕੇ ਇੱਕ ਲੜਕੀ। ਕੀ ਨਾਂ ਸੀ ਉਹਨਾਂ ਦੇ? ਨਹੀਂ ਹੁਣ ਚੇਤਾ ਨਹੀਂ, ਜ਼ਿਆਦਾ ਬਚਪਨ ਦੀ ਗੱਲ ਆ, ਚੇਤਾ ਨਹੀਂ। ਉਹਦੇ ਬਾਅਦ ਜਿਹੜਾ ਉਹਦਾ ਲੜਕਾ ਸੀ ਉਹ ਵੀ ਮੇਰੇ ਬਾਪ ਨੇ, ਉਹਦਾ ਬਾਪ ਬਣ ਕੇ ਉਹਨੂੰ ਵਿਆਹ ਕੇ ਆਉਂਦਾ ਸੀ। ਉਹਨੂੰ ਵਿਆਹ ਕੇ ਆਉਂਦਾ ਸੀ ਬਾਬਾ ਜੀ। ਜਿੱਦਾਂ ਤੁਸੀਂ ਗੱਲ ਕਰਦੇ ਹਾਂ ਵੀ ਉਹਨੂੰ ਲੈ ਕੇ ਗਏ ਟ੍ਰੇਨ ਮੁਸਲਮਾਨਾਂ ਨੇ ਇੱਧਰੋਂ, ਤਾਂ ਉਹ ਮੁਸਲਮਾਨ ਨੂੰ ਪਤਾ ਲੱਗ ਗਿਆ ਵੀ ਆਪਾਂ ਹੁਣ ਕਿਉਂ ਜਾ ਰਹੇ ਹਾਂ? ਦੱਸੋ ਯਾਰ, ਉਹ ਪਤਾ ਕਿੱਦਾਂ ਨਹੀਂ ਲੱਗਾ? ਸਪੈਸ਼ਲ ਗੌਰਮੈਂਟ ਨੇ ਸਪੈਸ਼ਲ ਲਾਈਆਂ ਸੀ ਉਹਨੇ। ਨਹੀਂ 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 ਸਮਝਦਾ ਨਹੀਂ, ਉਹਦਾ ਰੌਲਾ ਤਾਂ ਪੈ ਗਿਆ ਸੀ, ਵੰਡ ਹੋ ਗਈ ਸੀ, ਸਾਰਾ ਕੁਛ ਹੋ ਗਿਆ, ਕਤਲੇਆਮ ਸ਼ੁਰੂ ਸੀਗਾ। ਫਿਰ ਇਹ ਤੋਂ ਬਾਅਦ ਮੁਸਲਮਾਨਾਂ ਨੇ ਇੱਕ ਰੇਲ ਵੱਢ ਕੇ ਹਿੰਦੁਸਤਾਨ ਨੂੰ ਭੇਜੀ ਜੀ, ਰੇਲ ਵੱਢ ਕੇ ਇੱਕ ਹਿੰਦੁਸਤਾਨ ਨੂੰ ਭੇਜੀ। ਹਿੰਦੁਸਤਾਨ ਦੇ 16 ਮੀਲ ਹਿੰਦੁਸਤਾਨ ਵਿੱਚ ਆ ਕੇ ਉਹ ਵੱਡੀ ਰੇਲ ਜਿਹੜੀ ਆ ਕੇ ਖੜੀ ਹੋਈ। ਅੱਛਾ ਜੀ, ਤਾਂ ਉਹਦੇ ਚਾਰਜ ਫਿਰ ਉਹ ਤਕਰੀਬਨ ਜ਼ਿਆਦਾ ਆਉਂਦੇ, 1-1 ਇੰਚੀ ਖੂਨ ਚੁੰਦਾ ਸੀ ਉਸ ਰੇਲ ਗੱਡੀ ਦੇ ਵਿੱਚੋਂ, 1-1 ਇੰਚੀ ਖੂਨ ਚੁੰਦਾ ਸੀ ਆਲੇ ਦੁਆਲੇ ਨੂੰ। ਜਿਸ ਵਕਤ ਹਿੰਦੁਸਤਾਨ ਦੇ ਵਿੱਚ ਉਹ ਗੱਡੀ ਆਈ ਆ, ਉਹਦੇ ਕੰਟਰੋਲ ਜਿਹੜਾ ਸੀ ਜਲੰਧਰ ਆ ਗਿਆ। ਕੰਟਰੋਲ ਕਹਿੰਦੇ ਸੀ ਰੇਲਵੇ ਲੈਣ ਦਾ, ਉਹਦੇ ਟੈਲੀਫੋਨ ਵਗੈਰਾ ਜਿਹੜਾ ਇੱਦਾਂ ਚੀਜ਼ਾਂ ਨਹੀਂ ਹੁੰਦੀਆਂ ਸੀ, ਉਹਦੇ ਕੰਟਰੋਲ ਕਹਿੰਦੇ ਸੀ ਉਹਨੂੰ। ਉਹ ਕੰਟਰੋਲ ਜਿਹੜਾ ਸੀ ਉਹ ਹਿੰਦੁਸਤਾਨ ਜਾਂ ਬਾਕੀ ਸਾਡੇ ਹਿੰਦੁਸਤਾਨ ਦੇ ਵਿੱਚ ਪਿੱਛੇ ਟਾਈਮ 'ਚ ਉੱਪਰ ਗਿਆ ਉਹ। ਤਾਂ ਉਸ ਵਕਤ ਹਿੰਦੁਸਤਾਨ ਦੇ ਵਿੱਚ ਪਾਣਾ ਇਹ ਵੀ ਪਿਆ ਵੀ ਲੁਧਿਆਣੇ ਨੇ ਪੂਰੀ ਦੀ ਪੂਰੀ ਫੈਸ਼ਨ ਵੱਢ ਦਿੱਤੀ ਹਿੰਦੁਸਤਾਨ ਦੇ ਹਿੰਦੂਆਂ ਨੇ ਮੁਸਲਮਾਨਾਂ ਦੀ। ਲੁਧਿਆਣੇ? ਲੁਧਿਆਣੇ ਜਿਹਦੀ ਦੂਜੀ ਸਪੈਸ਼ਲ ਸੀ ਉਹ ਜੰਦਲ ਘੇਰੀ ਗਈ ਉਹਦੇ, ਮੈਂ ਮੌਕੇ ਨਾਲ ਉੱਥੇ ਸੀਗਾ। ਤੁਸੀਂ ਸੀਗੇ ਉੱਥੇ? ਉਹ ਬਿਲਕੁਲ। ਅੱਛਾ ਜੀ, ਜਿਹੜੀ ਪਾਕਿਸਤਾਨ ਜਾ ਰਹੀ ਸੀ? ਜਿਹੜੀ ਪਾਕਿਸਤਾਨ ਜਾ ਰਹੀ ਸੀ। ਫਿਰ ਉਹਦਾ ਕੀ ਬਣਿਆ? ਸਾਰੀ ਕਤਲ ਕਰ ਦਿੱਤੀ। ਤੁਸੀਂ ਉਹ ਦ੍ਰਿਸ਼ ਆਪ ਦੇਖਿਆ? ਬਿਲਕੁਲ ਦੇਖਿਆ, ਮੈਂ ਉਹਦੇ ਤੋਂ ਤਕਰੀਬਨ 1 ਫਰਲਾਂਗ 1 ਪਾਸੇ 'ਤੇ ਸੀ। ਬੜਾ ਦੱਸੋ ਕਿੱਦਾਂ ਦਾ ਦ੍ਰਿਸ਼ ਸੀ ਉਹ? ਜਿਹੜੇ ਮੈਂ 1 ਫਰਲਾਂਗ ਪਾਸੇ 'ਤੇ ਸੀ, ਮੈਂ ਲੈਨ ਦੇ ਉੱਪਰ ਬੈਠਾ ਸੀਗਾ, ਤਾਂ ਮੇਰਾ ਬਾਪ ਜਿਹੜਾ ਸੀ ਇਸ ਫੈਸ਼ਨ ਨੂੰ ਤਿਆਰ ਕਰਨ ਰਿਹਾ ਸੀ ਹੋਰ ਇੱਕ ਜਾਣ ਵਾਸਤੇ ਅੰਮ੍ਰਿਤਸਰ ਨੂੰ, ਲਾਹੌਰ ਨੂੰ। ਅੱਛਾ, ਉਸ ਮੌਕੇ ਦਾ ਇਲਾਜ ਨਾਲ ਇੱਕ ਜਿਹੜਾ ਮੇਰਾ ਬਾਪ ਸੀ ਇੱਕ ਫੈਸ਼ਨ ਨੂੰ ਤਿਆਰ ਕਰਨ ਰਿਹਾ ਸੀ, ਜਿਹਨੇ ਜਲੰਧਰ ਤੋਂ ਤੁਰਨਾ ਸੀ, ਜਲੰਧਰੋਂ ਤੁਰਨਾ ਸੀ ਲਾਹੌਰ ਨੂੰ ਜੀ, ਫੈਸ਼ਨ ਨੂੰ ਤਿਆਰ ਕਰਨ ਵਾਸਤੇ ਉਹ ਲੱਗਾਇਆ ਸੀਗਾ। ਤਾਂ ਮੈਂ ਉਸ ਵਕਤ ਥੋੜ੍ਹੀ ਉਮਰ 'ਚ ਸੀ, ਮੈਂ ਉਹਦੇ ਨਾਲ ਰਹਿੰਦਾ ਸੀ ਕਿ ਉਹ ਕਤਲੇਆਮ ਚਾਲੂ ਸੀ, ਮੈਨੂੰ ਨਾਲ ਲੈ ਗਿਆ ਸੀ। ਤਾਂ ਮਾਹਰਲੇ ਪਾਸੇ ਮੈਂ ਲੈਨ 'ਤੇ ਬੈਠਾਇਆ ਸੀਗਾ, ਮੁਲਾਜ਼ਮ ਬਹੁਤ ਰੇਲਵੇ ਦੇ ਘੱਟ ਸੀਗੇ। ਜਿਸ ਵਕਤ ਗੱਡੀ ਕਤਲੇਆਮ ਹੁੰਦੀ ਸੀ ਤਾਂ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ, ਮੇਰਾ ਬਾਪ ਗੱਡੀ ਥੱਲੇ ਫੜਿਆ, ਸਾਡੇ ਦੂਜੇ ਪਾਸੇ ਇੱਕ ਮਾਲ ਗੱਡੀ ਖੜੀ ਸੀ, ਉਹਦਾ ਥੋੜ੍ਹਾ ਅੜਿੱਕਾ ਸੀਗਾ। ਤਾਂ ਉਹਦੇ ਵਿੱਚੋਂ ਇੱਕ ਬੰਦਾ ਜਿਹੜਾ ਪੂਰੇ ਦਾ ਪੂਰਾ ਖੂਨ ਦਾ ਡਿੱਬੜਿਆ ਮੇਰੇ ਵੱਲ ਨੂੰ ਤੁਰਿਆ ਸੀਗਾ, ਤਾਂ ਮੇਰੇ ਵੱਲ ਨੂੰ ਤੁਰਿਆ ਸੀ। ਮੇਰੇ ਬਾਪ ਨੇ ਤਾਂ ਉਹਨੂੰ ਦੇਖਿਆ ਨਹੀਂ, ਪਰ ਮੈਂ ਦੁਹਾਈ ਪਾ ਦਿੱਤੀ। ਤਾਂ ਉਸ ਰੇਲਵੇ ਦੇ ਜਿਹੜੇ ਮੁਲਾਜ਼ਮਾਂ ਸੀ ਉਹਨੂੰ ਸਰਕਾਰ ਨੇ ਖੋਖਰੀਆਂ ਦਿੱਤੀਆਂ ਸੀ ਆਪਣੇ ਇੰਤਜ਼ਾਮ ਵਾਸਤੇ, ਰਫੜਾ ਰੁਫਣਾ ਤਾਂ ਨਹੀਂ ਹੁੰਦੀਆਂ ਸੀ। ਤਾਂ ਮੇਰੇ ਬਾਪ ਨੂੰ ਖੋਖਰੀ ਮਿਲੀ ਹੋ ਸੀਗੀ, ਤਾਂ ਖੋਖਰੀ ਨੂੰ ਉਸ ਵਕਤ ਮੇਰੇ ਬਾਪ ਨੇ 3-3.5 ਫੁੱਟ 4 ਫੁੱਟ ਲੰਮਾ ਡੰਡਾ ਲਵਾਇਆ ਸੀਗਾ। ਜਿਹਦੇ ਮੈਂ ਰੌਲਾ ਪਿਆ, ਮੇਰਾ ਬਾਪ ਦਾ ਬਾਹਰ ਅੰਦਰੋਂ ਨਿਕਲਿਆ, ਤਾਂ ਉਹ ਜਿਹੜਾ ਸੀਗਾ ਮੁਸਲਮਾਨ, ਹੁਣ ਮੇਰੇ ਬਾਪ ਦੇ ਤਲਵਾਰ ਮਾਰੀ। ਅੱਛਾ, ਤਲਵਾਰ ਜਿਹਨੇ ਮਾਰੀ ਤਾਂ ਮੇਰਾ ਬਾਪ ਪਿੱਛੇ ਹਟ ਗਿਆ, ਤਾਂ ਤਲਵਾਰ ਜਿਹੜੀ ਉਹ ਲੈਣ 'ਤੇ ਲੱਗੀ ਤਾਂ ਉਹ ਟੁੱਟ ਗਈ। ਮੇਰੇ ਬਾਪ ਨੇ ਘੁਮਾ ਕੇ ਉਹਦੇ
छवी मा ओह मारी जी वो कोल सी मुसलमानी जी अंग जी सी ती की नाम से हूँ चेता रहा हूँ चेता भुल गया मैं हूँ चेता भुल गया वो जी हूँ तो छवी हूँ तो मारी जा कपान टुट गई तो इन खोखली मिली सी ए पास खोखली घुमा के मिली वो इतने लगी इतों ला के इतने आके निकल गई उपरला पासा उपर रह गया थले का थले दो टुकड़े हो गए तो उस गड्डी दे विचों सिर्फ तीन बच्चे बचे थे जेड़े मरे हो अपनी माँ का दुध चुंग दे थे। उस बच्चा ना दुध उहदी माँ चुंग दे थे। साढ़े लागे एक टोला जिमीदार सिगा उहदा अपनी जायदाद ते रहिंदा सी मुसलमान सिगा जलंधर जलंधर तो उत्थे एक बिजली दे विच महकमे च बंदा सी उहदा नां सी हरवंस मिर्ज कुमरी वाला उहदा बाकी परिवार रहिंदा सी उहनूं पता लग गया सीगा कि मेरा जिहड़ा परिवार सी सारे दा सारा मर गया मौत हो गई उहनां दी हरवंस सिंह नूं नहीं हरवंस नूं हाँ जी हरवंस ने उहने जाके गुरद्वारे जाके अपनी महाराज दी अरदास करके कृपान हाथ च फड़ ली सी कि जिहड़ा मेरा धर्म आ पे मैं हिंदू का एक जमदा बच्चा भी नहीं छड़ना बुढ़ा दे एक पासे तेरह जी एक घर दे मेरे सामने कतल कीते तुहाडे सामने मेरे सामने केड़ी फैमिली दे सी केड़े की ना दस्या तुसीं हरबंस सिंह उन्हें उन्हें बिजली दे महकमे च नौकर सी जट सी इहदे बारे इन्ना नहीं पता किहड़े पिंड हरवंस सिंह सीगा उहदा नां सी हरबंस सिंह जिहड़े उहने कतल कीते तुसीं ना दस्या उह फैमिली दा की नाम फैमिली जी कदर की थी तरखान सी मुसलमान नहीं हिंदू जो कदर किए ना जी वो मुसलमान सी तरखान तरखान सी मुसलमान तो उन्होंने जम के बच्चे भी कदर किए हरवंस सिंह ने तेन सीट के थर कृपान ना कबोया वो ओहो जलंधर के रहने वाले थे जलंधर के रहने वाले की ना दसा तुम मुसलमान का मुसलमान का ना नहीं मुसलमान का ना का नहीं मैं पता सके तरखान तरखान से अच्छा 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 मैं ना सामने होया सर मेरे सर सामने होया फिर उन्होंने लाशा चक के रेहड़ी उत्ते लदियाँ उन्हें उन्होंने तो लोगों ने भी अच्छा जी तो फिर वो रेहड़ी के मगर खून चौंदा जाता उस हरबंस सिंह ने अपने हाथ के नाल एक पूरे का पूरा खून लाशा ना पा दिता उन्हें होर भी कतल किए बहुत ज़्यादा ना कुर्बानी नंगी गल है मैं हिंदू का पुत नहीं छड़ना मेरा जरा परिवार की कतल हो चुका है मुसलमान का पुत नहीं मुसलमान का हाँ जी मुसलमान का कोई बच्चा नहीं छड़ना मैं छड़ना नहीं ओहो वो तो बल्कि मुसलमान तो एक पास हिंदू भी डरन लग पाए अच्छा सदाई हो गया एक तरह ना गुस्से च हिंदू भी डरन लग पाए को जे कोई हिंदू भी मुसलमान की सहायता करता ही उन्हें भी वो छड़ता नहीं सी अच्छा उन्हें भी वो छड़ता नहीं सी उहदे बाद जिहड़ा वो हुबदार सीगा हुबदार सी वो रेल गड्डी दे विच अपने न्याणे निक्के लै के विच उहदे डुग गया सी जिहड़ा डब्बा उत्तों खाली सी जिहड़े विच पत्थर वगैरह जां होर जां कोला वगैरह वो लद्दे जांदे सीगे तीन दिन या चार दिन वो रेल गड्डी के बिच रहा तुसी मत की उहदी रोटी वगैरह मैं दसदा हुण मेरी गल तां सुन लो तुसी जी जी उहदे बाद चौथी रात वो फिर साडे घर आया तो उहनूं बूहा खड़काया तां असीं मेरे बाप ने बूहा नहीं खोलिया बूहा क्यों नहीं खोलिया फिर मेरा माप कुछ मुसलमाना की माड़ी मोटी मुलाजम तौर पर सहायता करना सिवा तो मुसलमान भी वो ड्यूटीदार से रेलवे वो भी नौकर से ये भी नौकर से वो कुछ उन्होंने सहायता माड़ी मोटी करता से जेल करके वो फिर डरते ने बूहा नहीं खोलिया फिर उन्होंने मलक दे कंध ला के आवाज मारी पे मेरे सिंह जी मैं हुबदार हाँ फिर मेरे बाप ने बूहा खोलिया कहता हुबदारा तू इत्थे किदा कहता मेरे सिंह मैं तो इस चक्कर च आ गया चार दिन हो गया न्याणे भुखे कहिंदा कि हुण मैं मेरे हुबदारा की कर सकदा जे इस गल का भेद निकलदा मेरे मैनू तो मेरे मुंडे नूं इहनां दोहां नूं लोकां ने छड़ना नहीं
ਕਿ ਮੁਸਲਮਾਨ ਦੀ ਸਹਾਇਤਾ ਕੀਤੀ ਹੈ। ਫਿਰ ਮੇਰੇ ਬਾਪ ਨੇ ਰਾਤ ਨੂੰ ਹੀ ਆਲੇ ਦੁਆਲਾ ਜਿਹੜਾ ਕਿ ਉਹ ਸਾਡੇ ਬੰਦੇ ਆਪਣੇ ਸਾਰੇ ਜਾਣਦੇ ਸੀਗੇ, ਕਿਸੇ ਕੋਲੋਂ ਕੋਈ ਗੁੜ ਦੀ ਪੇਸੀ ਲੱਭੀ ਜਾਂ ਅੱਧੀ ਜਾਂ ਘੇ ਲੱਭਾ ਜਾਂ ਕੋਈ ਹੋਰ ਚੀਜ਼ ਲੱਭੀ, ਇੱਕ ਕਿਲੋ ਦੋ ਕਿਲੋ ਜਾਂ ਜਿੰਨਾ ਵੀ ਅੱਧਾ ਕਿਲੋ ਮਾਲ ਇਕੱਠਾ ਕੀਤਾ, ਇੱਕ ਬਾਲਟੀ ਪਾਣੀ ਦੀ ਭਰੀ ਤਾਂ ਨਾਲ ਤਿੰਨ ਬੰਦੇ ਹੋਰ ਲਏ, ਉਹਦੇ ਨਿਆਣੇ ਨਿੱਕਿਆਂ ਨੂੰ ਛੱਡ ਕੇ ਆਏ ਤਾਂ ਉਹਨੂੰ ਫਿਰ ਕੈਂਪ ਦੇ ਵਿੱਚ ਛੱਡ ਕੇ ਗਏ। ਉੱਥੇ ਜਿਹੜੇ ਸੀ ਕੈਂਪ 'ਚ ਛੱਡ ਕੇ ਆਏ ਉਹਨਾਂ ਨੂੰ, ਪਰ ਉਹ ਵੀ ਲਾਹੌਰ ਉੱਪਰ ਨਹੀਂ ਸਕੇ, ਸਾਰੇ ਦੇ ਸਾਰੇ ਕਤਲ ਹੋ ਗਏ ਇੱਧਰ ਦੇ ਇੱਧਰ। ਇਹ ਤੁਹਾਨੂੰ ਕਿੱਦਾਂ ਪਤਾ ਲੱਗਾ? ਸਾਡੇ ਲਾਗੇ ਚੀਟੀ ਕੈਂਪ ਸੀਗਾ। ਅੱਛਾ, ਉੱਥੇ ਛੱਡ ਕੇ ਆਏ ਨਾ ਚੀਟੀ, ਉਰੇ ਉਹ ਮੁੜਿਆ ਨਾ। ਅੱਛਾ ਅੱਛਾ, ਡਰਦੇ ਮੁੜਿਆ ਨਾ ਵੀ ਜਿਵੇਂ ਮੁਸਲਮਾਨਾਂ ਨੇ ਸਾਨੂੰ ਦੇਖ ਲਿਆ ਵੀ ਹਿੰਦੂ ਛੱਡਣ ਆਇਆ ਤਾਂ ਨਹੀਂ ਸਾਨੂੰ ਮਾਰ ਦੇਣਾ, ਫਿਰ ਨਹੀਂ ਸਾਨੂੰ ਮਾਰ ਦੇਣਾ। ਉਹਨਾਂ ਦੀ ਵੇਖ ਉਹਨਾਂ ਦੀ ਪਿੱਛਾ ਜਿਹੜਾ ਸੀ ਉਹ ਲਾਹੌਰ ਸੀ ਨਾ, ਉੱਧਰ ਲਾਹੌਰ ਸੀ ਨਾ, ਤਾਂ ਲਾਹੌਰ ਦਾ ਐਡਰੈਸ ਜਿਹੜਾ ਸਾਡੇ ਪਾਸ ਸੀਗਾ ਜੀ ਜੀ, ਤਾਂ ਉੱਧਰੋਂ ਫੇਸ ਉਹ ਸਾਨੂੰ ਇਹ ਭੇਸ ਭਾਜਿਆ, ਸਾਡੇ ਬਾਪ ਨੂੰ ਭੇਸ ਲੱਗ ਗਿਆ ਵੀ ਸਾਰੇ ਦੇ ਸਾਰੇ ਮਾਰੇ ਗਏ, ਜਿਹੜੇ ਸਾਰੇ ਦੇ ਹੁੱਬਦਾਰ ਵੀ ਉਹਦੀ ਲੜਕੀ ਨੂਰ ਜਹਾਂ ਨੱਥਾ ਵੀ ਹੈ ਨਹੀਂ, ਇੱਕ ਤਾਂ ਮਾਂ ਦਾ ਨਾਂ ਸੀ ਨੂਰ, ਉਹ ਚੀਨੀ ਦਾ ਨਾਂ ਸੀ ਨੂਰ ਜਹਾਂ, ਤਾਂ ਉਹਦੀ ਕੁੜੀ ਦਾ ਨਾਂ ਸੀ ਫਾਤਾ, ਤਾਂ ਇੱਕ ਕੁੜੀ ਦਾ ਨਾਂ ਸੀਗਾ ਇਹ, ਇੱਕ ਦਾ ਨਾਂ ਸੀ ਫਾਤਾ, ਇੱਕ ਦਾ ਨਾਂ ਸੀ ਨੂਰ ਜਹਾਂ, ਨਹੀਂ ਤੀਵੀਂ ਦਾ ਨਾਂ ਸੀ ਫਾਤਾ, ਤਾਂ ਕੁੜੀ ਦਾ ਨਾਂ ਸੀ ਨੂਰ ਜਹਾਂ, ਤਾਂ ਇੱਕ ਦਾ ਨਾਂ ਸੀਗਾ ਮੈਨੂੰ ਚੇਤਾ ਭੁੱਲ ਗਿਆ, ਉਹਨੇ ਦਿਮਾਗੇ ਨਹੀਂ ਆਉਂਦੀ ਗੱਲ, ਹਾਂਜੀ, ਤਾਂ ਮੁੰਡੇ ਦਾ ਨਾਂ ਨੱਥੂ ਸੀ, ਉਹ ਸਾਰੇ ਦੇ ਸਾਰੇ ਸਮਝ ਲਓ ਮਾਰੇ ਗਏ, ਖਤਮ ਹੋ ਗਏ। ਉਹਦੇ ਬਾਅਦ ਕਹਾਣੀ ਇਹ ਬਣੀ ਕਿ ਜਿਹੜੀ ਜਿਹੜੀ ਮੇਰੀ ਮਾਂ ਸੀ ਇਹ ਪਾਕਿਸਤਾਨ 'ਚ ਰਹਿੰਦੀ ਸੀ, ਤਾਂ ਮੇਰੀ ਇੱਕ ਭੈਣ ਵੀ ਸੀ, ਉਹ ਵੀ ਉਹਦੇ ਨਾਲ ਹੀ ਸੀਗੀ, ਜਿਸ ਵਕਤ ਉਹ ਫਿਰ ਉੱਥੋਂ ਤੁਰੀ, ਜਿਸ ਵਕਤ ਆਈ ਤਾਂ ਉਹ ਫਿਰ ਨਨਕਾਣਾ ਸਾਹਿਬ ਆ ਗਈ। ਨਨਕਾਣਾ ਸਾਹਿਬ ਤੋਂ ਪਹਿਲਾਂ ਇੱਕ ਕੈਂਪ ਤੁਰ ਚੁੱਕਾ ਸੀਗਾ, ਉਹ ਜਿਹੜਾ ਕੈਂਪ ਸੀ ਉਹ ਵੱਲੋਂ ਉਹਦੇ ਹੈਡ 'ਤੇ ਆ ਕੇ ਸਾਰੇ ਦਾ ਸਾਰਾ ਕਤਲ ਹੋ ਗਿਆ। ਅੱਛਾ, ਉਹ ਸਾਰੇ ਦਾ ਸਾਰਾ ਜਿਹੜਾ ਕੈਂਪ ਸੀ ਸਾਰੇ ਦਾ ਸਾਰਾ ਖਤਮ ਹੋ ਗਿਆ। ਫਿਰ ਜਿਹੜਾ ਦੂਸਰਾ ਕੈਂਪ ਤੁਰਿਆ ਉਹ ਵੀ ਅੱਠਾਂ ਪਿੰਡਾਂ ਸੈਣੀਆਂ ਦੇ ਜਾਂ ਹੋਰ ਵੀ ਦੂਰੋਂ ਨੇੜਿਓਂ ਬੰਦੇ ਇਕੱਠੇ ਹੋ ਕੇ, ਤਾਂ ਨਨਕਾਣਾ ਸਾਹਿਬ ਇੰਨੇ ਬੰਦੇ ਇਕੱਠੇ ਹੋ ਗਏ ਜਿਹਦਾ ਅੰਦਾਜ਼ਾ ਨਹੀਂ ਕੋਈ ਰਿਹਾ। ਫਿਰ ਜਿਹਦੇ ਦੂਆ ਕੈਂਪ ਤੁਰਿਆ ਘੱਟੋ ਘੱਟ 5-6 ਜੀ ਦਾ 7-7 ਮੀਲ ਦੀ ਲੰਬਾਈ ਹੋ ਗਈ ਉਹਦੀ। ਇਹ ਜਿਹੜੀ ਖਬਰ ਹੈ, ਮੇਰੀ ਮਾਂ ਉਸ ਕੈਂਪ ਦੇ ਨਾਲ ਫਿਰ ਆਈ ਜੀ, ਤੁਰ ਕੇ ਆਈ ਆ। 18 ਦਿਨ ਹਿੰਦੁਸਤਾਨ ਨੂੰ ਆਉਣ ਨੂੰ ਲੱਗੇ, ਜਿਹਦੇ ਵਿੱਚ ਜਿਹੜੇ ਵੱਲੋਂ ਉਹਦਾ ਹੈਡ ਆ ਗਿਆ, ਤਾਂ ਅੰਗਰੇਜ਼ਾਂ ਨੇ ਵੱਲੋਂ ਦਾ ਹੈਡ ਦਾ ਜਿਹੜਾ ਸੀ ਉਪਰਲਾ ਬੋਲੋ ਬੰਦ ਕਰ ਦਿੱਤਾ ਵੀ ਹਿੰਦੂਆਂ ਨੂੰ ਲੰਘਣ ਨਹੀਂ ਦੇਣਾ ਇੱਥੋਂ ਦੀ। ਅੱਛਾ, ਉੱਥੇ ਫਿਰ ਫੈਸਲਾ, ਉੱਥੇ 3 ਦਿਨ ਜਾਂ 2 ਦਿਨ ਕੈਂਪ ਰੁਕਿਆ ਰਿਹਾ ਜੀ। ਫਿਰ ਫੈਸਲਾ ਇਹ ਹੋਇਆ ਵੀ ਅਸੀਂ ਹਿੰਦੁਸਤਾਨ ਦੇ ਵਿੱਚੋਂ ਕੋਈ ਚੀਜ਼ ਨਹੀਂ ਲਿਜਾਣ ਦੇਣੀ, ਜਿਹੜਾ ਲੋਕਾਂ ਕੋਲ ਸਮਾਨ ਆ ਇੱਥੇ ਦਾ ਇੱਥੇ ਢੇਰੀ ਕਰਦੇ, ਜਿਹੜਾ ਗੱਡਿਆਂ ਉੱਤੇ ਸਮਾਨ ਲੱਦਿਆ ਸੀ, ਸਿਰਫ ਥੋੜ੍ਹੀ ਬਹੁਤੀ ਚੀਜ਼ ਲਿਜਾ ਸਕਦੇ, 2-3 ਕਿਲੋ ਆਟਾ ਲਿਜਾ ਸਕਦੇ ਹਾਂ, ਜਾਂ 2-3 ਕਿਲੋ ਮਿੱਠਾ ਲਿਜਾ ਸਕਦੇ ਹਾਂ, ਜਾਂ ਆਪਣੀ ਚੱਕੀ ਆਟਾ ਪੀਹਦੇ ਸੀ ਉਹ ਲਿਜਾ ਸਕਦੇ, ਵੀ ਇੱਦਾਂ ਦੀਆਂ ਚੀਜ਼ਾਂ ਕੁਝ ਚੀਜ਼ਾਂ ਜਿਹੜੀਆਂ ਅਲਮਾਰੀਆਂ ਮੋਰੀਆਂ ਬਾਕੀ ਜਿਹੜਾ ਸਮਾਨ ਸਾਰਾ ਇੱਥੇ ਢੇਰੀ ਸਕਦੇ ਹੋ। ਉਹ ਰੁਕਿਆ ਉੱਥੇ ਤਾਂ ਸੀ, ਫਿਰ ਜਿਹੜੀ ਸਾਡੀ ਸਰਕਾਰ ਸੀ ਇਹਨੂੰ ਫਿਰ ਪਲਟਣ ਫੌਜ ਬਦਲਣੀ ਪੈ ਗਈ, ਕਿ ਪਹਿਲੀ ਫੌਜ ਤੋਂ ਕੰਟਰੋਲ ਨਹੀਂ ਰਿਹਾ। ਫਿਰ ਸਾਡੀ ਪਲਟਨ ਫੌਜ ਗੌਰਮੈਂਟ ਨੇ ਉੱਥੋਂ ਰੋਜ਼ ਹਵਾਈ ਜਹਾਜ਼ ਪੰਡਿਤ ਜਵਾਹਰ ਲਾਲ ਨਹਿਰੂ ਦਾ ਲੰਘਦਾ ਸੀ, ਪਰ ਉੱਥੋਂ ਰੋਟੀ ਰਾਟੀਆਂ ਇਹ ਚੀਜ਼ਾਂ ਲੰਘਦੀਆਂ ਸੀਗੀਆਂ ਵੀ ਜਿਹੜੇ ਰੋਟੀ ਦੇ ਕੋਲ 10-10 ਕਰੋ 'ਤੇ ਵੀ ਖੜ੍ਹਾ ਨਹੀਂ ਹੋਇਆ ਜਾਂਦਾ ਸੀ, ਇੰਨੀ ਬਦਬੂ ਆਉਂਦੀ ਸੀ, ਉਹ ਵੀ ਲੋਕਾਂ ਨੂੰ ਖਾਣੀਆਂ ਪੈਂਦੀਆਂ ਸੀ। ਜਿਹਨਾਂ ਵਿੱਚ ਲਾਸ਼ਾਂ ਸਿੱਟੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਪਾਣੀ ਪੀਣਾ ਪਿਆ, ਉਹਨਾਂ ਛੱਪੜੀਆਂ 'ਚੋਂ ਪਾਣੀ ਪੀਣਾ ਪਿਆ, ਛੱਪੜਾਂ ਵਿੱਚ ਉਹਨੀ ਖੂਹਾਂ 'ਚ ਜ਼ਹਿਰਾਂ ਪਾਤੀਆਂ ਸੀ, ਪੱਠੇ ਤੱਥੇ ਦੀ ਬੜੀ ਮੁਸ਼ਕਿਲ ਹੋ ਗਈ ਸੀ। ਫਿਰ ਸਾਡੀ ਸਰਕਾਰ ਜਿਹੜੀ ਸੀ ਉਹਨੇ ਫਿਰ ਗੋਲਖਾ ਮਿਲਟਰੀ ਬਾਹਰੋਂ ਮੰਗਾਈ, ਉਹ ਗੋਲਖਾ ਮਿਲਟਰੀ ਨੇ ਪਹਿਲਾਂ ਫਿਰ ਵੱਲੋਂ ਦੇ ਹੈਡ 'ਤੇ ਕਬਜ਼ਾ ਕੀਤਾ, ਉਹਦੇ ਉੱਪਰ ਉਹਦੇ ਪੁਲ ਸੀ ਵਜਾਇਆ ਵੱਲੋਂ ਦੇ ਹੈਡ ਦੇ ਉੱਪਰ, ਉੱਪਰ ਵੀ ਉਹਦੇ ਫੱਟੇ ਲੱਗੇ ਹੋ ਸਕੇ, ਉਹਨੇ ਫਿਰ ਉਹ 'ਤੇ ਆਪਣਾ ਕਬਜ਼ਾ ਕੀਤਾ।
ਤਾਂ ਦੂਈ ਜਿਹੜੀ ਮਿਲਟਰੀ ਸੀ ਉਹਨੇ ਆਪਣਾ ਕਬਜ਼ਾ ਕੰਟਰੋਲ ਰੱਖਿਆ ਤਾਂ ਫਿਰ ਉੱਥੋਂ ਦੀ ਕਾਫਲਾ ਜਿਹੜਾ ਕੱਢਿਆ ਤਾਂ ਹਿੰਦੁਸਤਾਨ ਦੇ ਵਿੱਚ ਫਿਰ ਫਿਰੋਜ਼ਪੁਰ ਵੱਲ ਦੀ ਫਿਰੋਜ਼ਪੁਰ ਕਾਫਲਾ ਆ ਗਿਆ। 18 ਦਿਨ ਕਾਫਲੇ ਨੂੰ ਆਉਣ ਨੂੰ ਲੱਗੇ, ਕਾਫਲਾ ਆਇਆ ਮਗਰੋਂ ਹੜ੍ਹ ਪਹਿਲਾਂ ਆ ਗਿਆ। 3-3 ਫੁੱਟ ਪਾਣੀ ਕਾਫੀ ਲੰਬਾਈ ਕੜਾਈ ਦੇ ਵਿੱਚ ਨਿਕਲ ਗਿਆ। ਸਿਰਫ ਉੱਥੋਂ ਇੱਕੋ ਰੇਲ ਗੱਡੀ ਨਿਕਲੀ ਸੀ ਜਿਹੜੇ ਆਏ ਸੀ ਪਾਕਿਸਤਾਨ ਦੇ ਵਿੱਚੋਂ ਕਾਫਲਾ, ਫਿਰੋਜ਼ਪੁਰ ਤੋਂ ਇੱਕੋ ਰੇਲ ਗੱਡੀ ਨਿਕਲੀ ਆ, ਦੂਸਰੀ ਰੇਲ ਗੱਡੀ ਆ ਨਹੀਂ ਸਕੀ, ਲਾਈਨਾਂ ਟੁੱਟ ਗਈਆਂ, ਬਹੁਤ ਬਰਬਾਦੀ ਹੋ ਗਈ। ਫਿਰ ਲੋਕ ਪਤਾ ਨਹੀਂ ਕਿੱਧਰ ਦੀ ਖੱਜਲ ਹੋ ਕੇ, ਪਤਾ ਨਹੀਂ ਇੱਧਰ ਦੀ ਕਿਤੇ ਲੁਧਿਆਣੇ ਵੱਲ ਦੀ, ਪਤਾ ਨਹੀਂ ਇੱਧਰ ਦੀ ਕਿੱਧਰ ਸਿੱਖ ਕਿੱਧਰ ਦੀ, ਫਿਰ ਆਪਣੇ ਆਪਣੇ ਪਾਸੇ ਨੂੰ ਨਿਕਲ ਗਏ। ਫਿਰ ਚਾਂਸ ਮੈਂ ਸਾਰਾ ਆਪਣੀ ਅੱਖੀਂ ਦੇਖਿਆ ਆ, ਅੱਖੀਂ ਦੇਖਿਆ ਆ ਇਹ ਚਾਂਸ ਜਿਹੜਾ ਮੈਂ ਸਾਰਾ ਆਪਣੀ ਵੱਢ ਵਟਾਂਗਾ, ਮੈਨੂੰ ਇਹਦੇ ਬਾਰੇ ਪੂਰਾ ਪੂਰਾ ਇਹਦੇ ਪੂਰਾ ਪਤਾ। ਹਿੰਦੁਸਤਾਨ ਦੇ ਵਿੱਚ ਵੀ ਇੰਨੀ ਲੋਕਾਂ ਨੇ ਗੁੰਡਾਗਰਦੀ ਮਚਾਤੀ ਸੀ ਜਿਹਦਾ ਕੋਈ ਅੰਦਾਜ਼ਾ ਨਹੀਂ ਰਿਹਾ, ਲੁੱਟ ਖੋਹ ਵੀ ਇੱਧਰ ਵੀ ਜਿੱਥੇ ਕਿਹਦਾ ਹੱਥ ਪੈਂਦਾ ਸੀ, ਕਿਉਂ ਛੱਡਦੇ ਨਹੀਂ ਸੀ ਲੋਕ ਇੱਕ ਦੂਜੇ ਨੂੰ। ਸਮਾਨ ਉਸ ਵਕਤ ਇੰਨਾ ਲੋਕਾਂ ਕੋਲ ਨਹੀਂ ਸੀ, ਨਾ ਸਾਡੇ ਹਿੰਦੂਆਂ ਕੋਲ ਸੀ, ਨਾ ਮੁਸਲਮਾਨਾਂ ਕੋਲ ਸੀ, ਜਿੰਨਾ ਹੁਣ ਸਮਾਨ ਆ। ਜਿੰਨਾ ਸਮਾਨ ਹੁਣ ਆਇਆ ਨੇ ਇੱਕ ਘਰ ਦੇ ਕੋਲ, ਉਹਦੇ ਇੰਨਾ ਸਮਾਨ ਸਾਰੇ ਪਿੰਡ ਕੋਲ ਵੀ ਹੈ, ਇੰਨਾ ਸਮਾਨ ਤਾਂ ਸਾਰੇ ਪਿੰਡ ਕੋਲ ਵੀ। ਕੋਈ ਕੱਚੇ ਭਾਂਡੇ ਹੁੰਦੇ ਸੀ ਜੀ, ਕੱਚੇ ਮਕਾਨ ਹੁੰਦੇ, ਗੱਡੇ ਹੁੰਦੇ ਸੀ, ਬੋਲ ਹੁੰਦੇ ਸੀ, ਔਰਾਂ ਪਰਾਂ ਹੁੰਦਾ। ਹੁਣ ਤਾਂ ਕੋਈ ਆਉਣ ਦੇ ਕੋਈ ਸਾਧਨ ਨਹੀਂ ਸੀ, ਇਹਦੇ ਕਦਰ ਹੁੰਦਾ ਸੀ। ਇਹ ਚੀਜ਼ਾਂ ਹੋਰ ਜਿਹੜੀ ਚੀਜ਼ ਪੁੱਛਣੀ ਪੁੱਛ ਲਓ। ਤੁਸੀਂ ਇੱਕ ਵਾਰੀ ਜਿੱਥੇ ਨਾ ਰੇਲਵੇ ਸਟੇਸ਼ਨ ਜਲੰਧਰ ਦੀ ਹਾਂਜੀ ਜਿਹੜੀ ਘਟਨਾ ਉਹਨੂੰ ਥੋੜ੍ਹਾ ਵਿਸਤਾਰ ਨਾਲ ਦੱਸੋ। ਜਿਹੜੀ ਤੁਹਾਡੇ ਸਾਹਮਣੇ ਟ੍ਰੇਨ ਵੱਢੀ ਗਈ, ਠੀਕ ਹੈ ਜੀ, ਉਹਨੂੰ ਸਪੈਸ਼ਲ ਟ੍ਰੇਨ ਕਹਿੰਦੇ ਸੀਗੇ, ਜਿਹੜੀਆਂ ਸਪੈਸ਼ਲ ਟ੍ਰੇਨਾਂ ਲੱਗੀਆਂ ਸੀ ਮੁਸਲਮਾਨਾਂ ਨੂੰ ਲਿਜਾਣ ਲਈ, ਲੁਧਿਆਣੇ ਤੋਂ ਆਈ ਸੀ ਉਹ? ਨਹੀਂ, ਪਿੱਛੋਂ ਪਤਾ ਨਹੀਂ ਕਿੱਥੋਂ ਆਈ ਉਹ। ਠੀਕ ਠੀਕ, ਉਹ ਤਾਂ ਜਿਹੜੀ ਮੋਹਰਲੀ ਟ੍ਰੇਨ ਸੀ ਉਹ ਜਲੰਧਰ ਰੋਕੀ ਗਈ, ਜਿਹੜੀ ਮਗਲੀ ਪਹਿਲੀ ਟ੍ਰੇਨ ਪਹਿਲੀ ਮਗਲੀ ਟ੍ਰੇਨ ਸੀ ਉਹ ਲੁਧਿਆਣੇ ਰੋਕੀ ਗਈ, ਉਹ ਰੋਕੀ ਗਈ। ਠੀਕ ਠੀਕ, ਉਹ ਉੱਥੇ ਕਤਲ ਕਰਦੇ ਸੀ, ਉੱਥੇ ਕਤਲ ਕਰਕੇ ਵੱਢ ਕੇ ਦੋ ਹੀ ਕਿਰਨਾਂ ਜਿਹੜੀਆਂ ਲਾਹੌਰ ਭੇਜੀਆਂ, ਤਾਂ ਕਤਲੇਆਮ ਬੰਦ ਹੋਈ ਆ ਜੀ। ਚੀਕ ਝਾੜਾ ਪੂਰਾ ਪੈਂਦਾ ਸੀ ਫਿਰ? ਹਾਂਜੀ, ਚੀਕ ਝਾੜਾ ਮੈਂ ਕਿਹਾ ਪੂਰਾ ਪੈਂਦਾ ਹੋਣਾ, ਵੱਢ ਟੁੱਕ ਪੂਰੀ ਐਨ ਅੱਖਾਂ ਸਾਹਮਣੇ। ਮੋਰੇ ਮੁਸਲਮਾਨ ਵੀ ਲੜਦੇ ਸੀ ਕਿ ਨਹੀਂ? ਨਾ ਨਾ, ਕੋਈ ਮਤ ਲੜਨਾ ਕਿਤੇ, ਉਹਦਾ ਵਿਚਾਰੇ ਆਪਣੀ ਜਾਨ ਲੁਕਾਉਂਦੇ ਸੀ। ਵੱਡੀ ਤਾਂ ਹਿੰਦੂਆਂ ਨੇ ਵੱਢੀ ਨਾ, ਉਹਨਾਂ ਦਾ ਬੰਦਾ ਨਹੀਂ, ਸਾਡਾ ਹਿੰਦੂ ਨਹੀਂ ਕੋਈ ਮਾਰਿਆ ਗਿਆ, ਇੱਕ ਮੇਰੇ ਬਾਪ ਨੇ ਜ਼ਰੂਰ ਮੁਸਲਮਾਨ ਇੱਕ ਵੱਢਿਆ, ਉਹ ਵੀ ਉਹਨੂੰ ਮਾਰਨ ਲੱਗਾ ਸੀ। ਅੱਛਾ 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 ਅੱਛਾ, ਇਹ ਜਿਹੜਾ ਹਰਵੰਸ ਸਿੰਘ ਸੀਗਾ ਜੀ, ਹਾਂਜੀ, ਜਿਹਨੇ ਇੰਨੇ ਬੰਦੇ ਮਾਰੇ, ਹਾਂ, ਖੂਹ ਭਰ ਦਿੱਤਾ ਉਹਨੇ। ਮੈਂ ਹੁਣ ਵੀ ਮੈਨੂੰ ਗੱਡੀ 'ਤੇ ਲੈ ਕੇ ਜਾ ਕੇ ਚੜ ਜਾਓ, ਮੈਂ ਤੁਹਾਨੂੰ ਜਗ੍ਹਾ ਲਾ ਦਊਂ ਵੀ ਆਹ ਜਗ੍ਹਾ ਆਹ ਖੂਹ ਆ, ਪੂਲ ਤਾਂ ਹੋ ਗਿਆ ਹੋਊਗਾ। ਅੱਛਾ, ਉਹਦਾ ਨਾਂ ਢੋਲਾ ਸੀ, ਮੁਸਲਮਾਨ ਦਾ ਨਾਂ ਢੋਲਾ ਸੀ ਜਿਹਦਾ ਖੂਹ ਸੀ। ਅੱਛਾ ਜੀ, ਹਾਂਜੀ, ਉਹ ਉੱਥੇ ਖੇਤੀਬਾੜੀ ਦਾ ਪੂਰਾ ਖੇਤੀਬਾੜੀ ਕਰਦਾ ਸੀ ਉੱਥੇ, ਸੰਨ 47 ਤੋਂ ਬਾਅਦ ਵੀ ਇੱਥੇ ਆਇਆ ਉਹ ਢੋਲਾ। ਹਾਂਜੀ, ਤੁਹਾਨੂੰ ਮਿਲਿਆ? ਮੈਂ ਆਪ ਦੇਖਿਆ ਜੀ। ਉਹ ਦੱਸੋ ਮਾੜੀ ਜਿਹੀ ਗੱਲ ਉਹਦੀ। ਜਿਸ ਵਕਤ ਢੋਲਾ ਸੰਨ 47 ਤੋਂ ਬਾਅਦ ਇੱਦਾਂ ਹੋਈ ਸੀ ਵੀ ਢੋਲਾ ਜਿਹੜਾ ਸੀ ਉਹਦੇ 7 ਕਿੱਲੇ ਜ਼ਮੀਨ ਦੀ ਉਹਨੂੰ ਮਿਹਨਤ ਕਰਕੇ ਮੁੱਲ ਲਏ ਸੀ ਜਲੰਧਰ 'ਚ। ਜਲੰਧਰ 'ਚ ਨਹੀਂ ਲਏ ਸੀ, ਮਹੱਲਾ ਪੈਂਦਾ ਸੀਗਾ ਬਿਜਲੀ ਘਰ ਦੇ ਨਾਲ ਲਏ ਸੀ, ਤਾਂ ਮਹੱਲਾ ਪੈਂਦਾ ਸੀ ਮਹੱਲਾ ਪੈਂਦਾ ਸੀਗਾ ਜਿੱਥੇ ਕਿ ਚਗਿੱਟੀ ਨਹੀਂ, ਮੈਂ ਚਗਿੱਟੀ ਨਹੀਂ ਹੋ, ਇਹ ਨਹੀਂ ਮਹੱਲਾ ਪੈਂਦਾ ਸੀ, ਨਹੀਂ ਪੈਂਦੀ ਹਰੀਮਪੁਰਾ ਹਰੀਮਪੁਰਾ ਇੱਦਾਂ ਮਹੱਲੇ ਦਾ ਨਾਂ ਆ। ਅੱਛਾ ਅੱਛਾ, ਮਹੱਲਾ ਉਹ ਪੈਂਦਾ ਸੀਗਾ ਅਤੇ ਬਿਜਲੀ ਘਰ ਦੇ ਦੱਖਣ ਵਾਲੇ ਪਾਸੇ ਉਹਦੀ ਜ਼ਮੀਨ ਸੀਗੀ ਜੀ ਜੀ, ਬਿਜਲੀ ਘਰ ਦੇ ਦੱਖਣ ਵਾਲੇ ਪਾਸੇ ਉਹਦੀ ਜ਼ਮੀਨ ਸੀਗੀ ਜੀ ਜੀ, ਅਤੇ 7 ਕਿੱਲੇ ਜ਼ਮੀਨ ਦੇ ਸੀਗੇ ਉੱਥੇ ਉਹਦੇ, ਤਾਂ ਜਿਹਦੇ ਵਿੱਚ ਉਹਦੇ ਕੋਲ ਬੰਦਾ ਵੀ ਰੱਬ ਦਾ ਭਗਤ ਸੀ, ਨਿਆਣਿਆਂ ਨੂੰ ਛੋਲੇ ਅੱਠੀ ਨਹੀਂ ਵੜਦਾ ਹੁੰਦਾ ਸੀ ਉਹ, ਤਾਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ 1 ਕੁਇੰਟਲ 20-25 ਕਿਲੋ ਉਹਦਾ ਵਜ਼ਨ ਹੋਊਗਾ। ਅੱਛਾ ਜੀ, ਉਸ ਢੋਲੇ ਦਾ, ਤਾਂ ਜਿਹਦੇ ਵਿੱਚ ਜਾਣ ਲੱਗੇ ਨੇ ਕੁਛ ਟੁੰਬਾਂ, ਕੁਛ ਪੈਸੇ ਜਿਹੜੇ ਸੀ ਕੋਪਚੇ ਦੇ ਦਿੱਤੇ, ਜਿਹੜੀਆਂ ਟੁੰਬਾਂ ਸੀਗੀਆਂ ਉਹ ਕਿਤੇ ਦੱਬ ਦਿੱਤੀਆਂ। ਬਾਅਦ ਵਿੱਚ ਜਿਹੜੇ ਮਿਲਟਰੀ ਲੈ ਕੇ ਆਇਆ ਤਾਂ ਕੁੱਪਾਂ ਨੂੰ ਪਹਿਲਾਂ ਲੋਕਾਂ ਨੇ ਅੱਗ ਲਾ ਤੀ ਸੀ, ਤਾਂ ਜਿਹੜੇ ਲੋਟ ਸੀ ਉਹ ਤਾਂ ਜਲ ਗਏ, ਤਾਂ ਉਹ ਆਪਣਾ ਸੋਨਾ ਚਾਂਦੀ ਕੱਢ ਕੇ ਲੱਗਿਆ ਸੀ। ਖੂਹ ਜਿਹੜਾ ਸੀ ਉਹ ਤਾਂ ਪੂਰੀ ਦਿੱਤਾ ਸੀ ਲੋਕਾਂ ਨੇ ਲਾਸ਼ਾਂ ਦੇ ਨਾਲ, ਉੱਤੇ ਮਿੱਟੀ ਪਾ ਤੀ, ਗੱਲ ਖਤਮ ਹੋ ਗਈ। ਅੱਛਾ ਅੱਛਾ, ਖੂਹ ਖਤਮ ਕਰ ਦਿੱਤਾ, ਇੱਦਾਂ ਹੋਈ ਉਹ।
ਤੁਸੀਂ ਮਿਲੇ ਫਿਰ ਢੋਲੇ ਨੂੰ ਜਦੋਂ ਦੁਬਾਰਾ ਆਇਆ ਦੇਖਿਆ? ਨਹੀਂ ਮਿਲਣਾ ਮੈਂ ਕਦੋਂ ਬੜਾ ਤਾਂ ਹੈ ਹੀ ਨਹੀਂ ਜੀ। ਅੱਛਾ ਤੁਸੀਂ ਛੋਟੇ ਸੀ। ਦੇਖਿਆ ਜੀ ਉਹਨਾਂ ਨਾਲ ਮਿਲਟਰੀ ਸੀਗੀ ਜੀ। ਅੱਛਾ ਅੱਛਾ ਦੇਖਿਆ ਜ਼ਰੂਰ ਆ ਨਾਲ ਮਿਲਟਰੀ ਇੱਕ ਵਾਰੀ ਥੋੜ੍ਹਾ ਦੇਖਿਆ ਢੋਲਾ ਦਾ ਦੇਖਿਆ ਉਹਨਾਂ 50 ਵਾਰੀ। ਅੱਛਾ ਉਹ ਛੋਟੇ ਬਣਦਾ ਹੁੰਦਾ ਸੀ ਨਾ। ਅੱਛਾ ਪਾਕਿਸਤਾਨ 'ਚ ਮੈਂ ਰਿਹਾ ਹੀ ਨਹੀਂ। ਤੁਸੀਂ ਜਲੰਧਰ ਰਹਿਣਾ ਜ਼ਿਆਦਾ? ਪਾਕਿਸਤਾਨ 'ਚ 3 ਵਾਰੀ ਗਿਆ ਮੈਂ। ਅੱਛਾ ਬਚਪਨ 'ਚ ਗਿਆ। ਜਿਹੜਾ ਤੁਹਾਡੇ ਪਿੰਡ ਦਾ ਲੰਬੜਦਾਰ ਸੀ ਨੰਦ ਸਿੰਘ, ਨੰਦ ਸਿੰਘ ਅੱਠ ਚੱਕ ਦਾ ਲੰਬੜਦਾਰ ਨੰਦ ਸਿੰਘ ਸੀ? ਨੰਦ ਸਿੰਘ ਨਹੀਂ ਨਹੀਂ ਅੱਠ ਚੱਕ ਦਾ ਲੰਬੜਦਾਰ ਸੀ ਮੇਰੀ ਗੱਲ ਦੌਲਤ ਸਿੰਘ। ਅੱਛਾ ਜੀ ਹੋਰ ਕਿਹੜੇ ਕਿਹੜੇ ਬੰਦੇ ਸੀ ਉੱਥੇ ਦੇ, ਕਿਹੜੇ ਕਿਹੜੇ ਪਿੰਡ ਦੇ ਸੀਗੇ ਅੱਠ ਚੱਕ 'ਚ? ਅੱਠ ਚੱਕ ਦੇ ਵਿੱਚ ਹੁਣ ਤੁਸੀਂ ਗੱਲ ਸੁਣ ਲਓ, ਦੁਆਬੇ ਦੀ ਗੱਲ ਕਰਦੇ ਹਾਂ। ਹਾਂਜੀ ਉੱਥੇ ਜਿਹੜਾ, ਹਾਂਜੀ ਇੱਥੋਂ ਕਿਹੜਾ ਪਿੰਡਾਂ 'ਚੋਂ ਗਏ ਹੋ ਸੀਗੇ ਬੰਦੇ? ਹਾਂਜੀ ਤੁਹਾਡੇ ਵਾਲੇ ਚੱਕ 'ਚ ਕਿਹਨਾਂ ਕਿਹਨਾਂ ਬੰਦਿਆਂ ਨੇ ਜਾ ਕੇ ਮੁਰੱਬੇ ਲਏ ਸੀ? ਇੱਕ ਤਾਂ ਸੀਗੇ ਹਰਸੀ ਪਿੰਡ ਦੇ, 10 ਮੁਰੱਬੇ ਮਿਲੇ। ਪ੍ਰੇਮ ਕਰਦੇ ਬੰਦਿਆਂ ਨੂੰ ਮੁਰੱਬੇ ਜ਼ਮੀਨ ਮਿਲੀ ਸੀ। ਠੀਕ ਹੈ। ਸੁਭਾਨਪੁਰ ਦੇ ਬੰਦੇ ਸੀਗੇ, ਸੁਭਾਨਪੁਰ ਦੇ ਬਾਬਲੇ। ਹਾਂਜੀ ਠੀਕ ਹੈ ਸੁਭਾਨਪੁਰ ਦੇ, ਠੀਕ ਸੁਭਾਨਪੁਰ ਦੇ ਸੀਗੇ ਜਿਹਨਾਂ ਨੂੰ ਜ਼ਮੀਨ ਮਿਲੀ ਸੀ ਉੱਥੇ। ਉਹਦੇ ਬਾਅਦ ਜਾਗਰ ਦੇ ਨਾਨਕੇ ਸੀਗੇ, ਮੈਨੂੰ ਨਾਂ ਚੇਤਾ ਭੁੱਲ ਗਿਆ ਉਹਨਾਂ ਪਿੰਡ ਦਾ। ਚਲੋ ਬਾਕੀ ਇੱਕ ਦੋ ਅਤੇ ਮੈਂ ਇੱਕ ਦੋ ਪਿੰਡਾਂ ਤੋਂ ਹੋਰ ਹੋਣਗੇ। ਠੀਕ 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 ਹਾਂ ਇੱਦਾਂ। ਤੁਸੀਂ ਉਹ ਸਕੂਲ ਦੇਖਿਆ ਸੀਗਾ ਕਿਹੜਾ ਜੀ? ਸੈਣੀਵਾਰ। ਸੈਣੀਵਾਰ ਦੀ ਗੱਲ ਸੁਣ ਲਓ ਜੀ। ਹੁਣ ਜਿਹੜਾ ਦੌਲਤ ਸੀ ਉਹ ਨੰਬਰਦਾਰ ਸੀ ਨਾ ਜੀ, ਇਹਦੇ ਬਾਪ ਦਾ ਇਹਦੇ ਭਰਾ ਦੂਸਰੇ ਦਾ ਨਾਂ ਸੀ ਮੱਘਰ ਸਿੰਘ। ਇਹਨਾਂ ਦੇ ਦੋਹਾਂ ਨੇ ਪੜ੍ਹਾਈ ਲਾਹੌਰ ਕੀਤੀ ਸੀ, ਇਹਨਾਂ ਦੇ ਬਾਪ ਨੇ ਪੜ੍ਹਾਈ ਲਾਹੌਰ ਕਰਾਈ ਸੀ। ਇਹਨਾਂ ਤੋਂ ਇੱਕ ਮੁਰੱਬਾ ਅੱਧਾ ਮੁਰੱਬਾ ਲੰਬੜਦਾਰੀ ਦਾ ਮਿਲ ਗਿਆ ਸੀਗਾ ਇਹਨਾਂ ਦੇ ਬਾਪ ਨੂੰ ਲਾ ਲਓ ਜਾਂ ਕਿਸੇ ਨੂੰ ਲਾ ਲਓ, ਤਾਂ ਇੱਕ ਮੁਰੱਬਾ ਇਹਨਾਂ ਦਾ ਜਿਵੇਂ ਦਾ ਆਪਣਾ ਸੀਗਾ। ਜਿਸ ਬਾਅਦ ਪੜ੍ਹਾਈ ਉੱਥੇ ਕਰਾਈ ਤਾਂ ਫਿਰ ਲੋਕਾਂ ਨੇ ਇਕੱਠ ਮੱਠ ਕੀਤਾ। ਅੱਠ ਪਿੰਡ ਸੈਣੀਆਂ ਦੇ ਸੀਗੇ, ਅੱਠ ਚੱਕ ਅੱਠ ਪਿੰਡ ਸੈਣੀਆਂ ਦੇ ਸੀਗੇ। ਇਹਨਾਂ ਨੇ ਫਿਰ ਅੱਠਾਂ ਪਿੰਡਾਂ ਨੇ ਫੈਸਲਾ ਕੀਤਾ ਵੀ ਇਹ ਤਾਂ ਬੜੀ ਮੁਸ਼ਕਿਲ ਹੋ ਗਈ ਵੀ ਇਕੱਠੇ ਇਕੁੱਠੇ ਹੋ ਕੇ ਕਿਸੇ ਬੜੇ ਅਫਸਰਾਂ ਨੂੰ ਮਿਲਦੇ ਹਾਂ ਤਾਂ ਕਰ ਜਿਹੜਾ ਅਸੀਂ ਇੱਥੇ ਸਕੂਲ ਪਾ ਸਕੀਏ। ਫਿਰ ਕੁਛ ਜ਼ਮੀਨ 7 ਚੱਕ ਨੇ ਦਿੱਤੀ, ਕੁਛ ਚੱਕ ਜ਼ਮੀਨ 8 ਚੱਕ ਨੇ ਦਿੱਤੀ, ਤਾਂ ਵਸੀਵੇਂ ਉੱਤੇ 8 ਚੱਕ ਜਿਹੜਾ ਇਹ ਬੁੱਲੋ ਆਖਦੇ ਸੈਣੀ ਬਾਹਰ ਪਿਆ ਆ, ਇਹ ਉੱਥੇ ਦਾ ਉਹ ਇਹ ਉੱਥੋਂ ਆਏ ਆ। ਠੀਕ ਸੈਣੀ ਬਾਹਰ ਸਕੂਲ ਜਿਹੜਾ ਇਹ ਉੱਥੋਂ ਆਏ ਆ। ਫਿਰ ਨਹੀਂ ਪਹਿਲੇ ਸਾਲ ਹੀ ਜਾਂ ਦੂਜੇ ਸਾਲ ਉੱਥੇ ਟੂਰਨਾਮੈਂਟ ਰਖਾਇਆ। ਟੂਰਨਾਮੈਂਟ ਦੇ ਵਿੱਚ ਇੱਕ ਪਾਸੇ ਜੱਟ ਲੱਗ ਗਿਆ, ਇੱਕ ਪਾਸੇ ਸੈਣੀ ਲੱਗ ਗਿਆ, ਇੱਕ ਪਾਸੇ ਮੁਸਲਮਾਨ ਲੱਗ ਗਿਆ ਰੱਸਾ ਖਿੱਚਣ ਵਾਸਤੇ। ਅੱਛਾ ਜੀ ਇੱਕ ਪਾਸੇ ਸੈਣੀ ਲੱਗ ਗਿਆ ਅਤੇ ਇੱਕ ਪਾਸੇ ਮੁਸਲਮਾਨ ਲੱਗ ਗਿਆ। ਮੁਸਲਮਾਨ ਦਾ ਨੇ ਕਿਸੇ ਬੰਦੇ ਨੇ ਕੁਛ ਪਤਾ ਨਹੀਂ ਕੀ ਖਾਧਾ ਸੀਗਾ, ਪਰ ਉਹਨੇ ਗੱਲ ਲਲਕਾਰਾ ਮਾਰਤਾ ਵੀ ਸਿਆਣੀਆਂ ਨੂੰ ਜਿੱਥੋਂ ਨਿਕਲੇ ਉੱਥੇ ਵਾੜ ਦਿਓ। ਅੱਛਾ ਇੱਕ ਢੋਲਣ ਵਾਲਾ ਬੰਦੇ ਹੁਣ ਬੈਠੇ ਹੋਏ ਆ, ਆਸਥਾ ਸਿੰਘ ਉਹਦਾ ਨਾਂ ਆ। ਠੀਕ ਹੈ ਜੀ ਢੋਲਣ ਵਾਲਾ ਬੈਠਾ ਆ, ਉਹਦੇ 5 ਭਰਾ ਆ। ਉਹ ਆਸਥਾ ਸਿੰਘ ਜਿਹੜਾ ਇਹ 5 ਭਰਾ ਸੀ ਜੀ। ਆਸਥਾ ਸਿੰਘ ਸਿਹਤ ਦਾ ਬਹੁਤ ਤਕੜਾ ਸੀਗਾ, ਹੁਣ ਵੀ ਬਹੁਤ ਮੋਟਾ ਹਾਲੇ ਹੈਗੇ ਨਾ ਉਹ? ਨਹੀਂ ਮਗਰ ਅੱਛਾ ਸਿਹਤ ਦਾ ਬਹੁਤ ਤਕੜਾ ਸੀ ਉਹ। ਉਹਦੇ ਬਾਅਦ ਇੱਕ ਹੋਰ ਬੰਦਾ ਸੀ ਉਹਦਾ ਨਾਂ ਚੇਤਾ ਭੁੱਲ ਗਿਆ, ਜਿਹੜੇ ਹੁਣ ਉੱਥੇ ਜ਼ਮੀਨ ਦੇ ਮਾਲਕ ਸੀ ਕੁਛ, ਇਹ ਰਿਹਾਣੇ ਜੇ ਵਿੱਢੇ ਰਿਹਾਣੇ ਦੇ ਵੀ ਸੀਗੇ। ਅੱਛਾ ਅੱਛਾ ਤਾਂ ਕੁਛ ਹਰਿਆਣੇ ਦੇ ਵੀ ਸੀਗੇ। ਠੀਕ ਠੀਕ ਮੀਂਹ ਮੱਲ ਹੋਣੀ ਰਾਮੂ ਭਲਵਾਨ ਇਹ ਉੱਥੇ ਹਰਿਆਣੇ ਦੇ ਸੀਗੇ ਜੀ, ਕੁਛ ਇਸ ਵਿੱਢੇ ਰਿਹਾਣੇ ਦੇ ਵੀ ਸੀਗੇ। ਠੀਕ ਉੱਥੇ ਮਤਲਬ ਅੱਠ ਚੱਕ ਦੇ ਵਿੱਚ ਅਤੇ ਕੁਛ ਭੋਲੇ ਚੱਕ ਵਿੱਚ ਵੀ ਇੱਧਰ ਦੇ ਬੰਦੇ ਸੀਗੇ। ਠੀਕ ਠੀਕ ਹੈ ਨਾ ਜੀ। ਭੋਲਾ ਜਾਵਲਦਾਸ ਦਾ ਭੋਲੇ ਚੱਕਦਾ ਸੀ ਨਾ, ਅੱਠ ਦਾ ਥੋੜ੍ਹਾ ਸੀ ਉਹਦਾ ਪਿੰਡ, ਇਹ ਸੀ ਨਾ ਮਿਰਜ਼ਾਪੁਰ ਜੀ ਜੀ ਜੀ। ਭੋਲੇ ਜੈਲਦਾਲ ਦਾ ਪਿੰਡ ਮਿਰਜ਼ਾਪੁਰ ਸੀ। ਠੀਕ ਤਾਂ ਭੋਲੇ ਜੈਲਦਾਲ ਦਾ ਜਿਹੜਾ ਬਾਕੀ ਖਾਨਦਾਨ ਅੱਠ ਚੱਕ ਬੈਠੇ ਹੋਏ ਆ, ਉਹ ਕੋਈ ਕਿਤੇ ਬੈਠਾ, ਉਹ ਕਿਤੇ ਬੈਠਾ, ਉਹਨਾਂ ਕਈ ਵੱਡੀ ਵੰਡੀ ਗਈ ਜ਼ਮੀਨ ਵੰਡੀ ਗਈ ਜੀ। ਹਾਂਜੀ ਹਾਂਜੀ ਠੀਕ ਹੈ ਨਾ ਜੀ। ਇਹ ਕਹਿ ਦਿਓ ਅੱਠਾਂ ਪਿੰਡਾਂ ਵਿੱਚ ਜਿਹੜੇ ਪਿੰਡ ਸੀ, ਜਿੰਨੇ ਅੱਠਾਂ ਪਿੰਡ ਵਿੱਚ ਸੈਣੀ ਸੀ ਉਹ ਸਾਰੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਸੀ ਤਕਰੀਬਨ। ਠੀਕ ਠੀਕ ਉਹ ਬਾਹਰਲਿਆਂ ਜ਼ਿਲ੍ਹਿਆਂ ਦੇ ਨਹੀਂ ਸੀਗੇ, ਇਹਨਾਂ ਜ਼ਿਲ੍ਹਿਆਂ ਵਿੱਚ ਆਲੇ ਦੁਆਲੇ ਦੇ ਸੀਗੇ। ਠੀਕ ਹੈ ਜੀ ਲਾਗੇ ਛਾਗੇ ਹੁਣ ਟਾਂਡਾ ਵੀ ਜਿਹੜਾ ਜ਼ਿਲ੍ਹੇ ਹੁਸ਼ਿਆਰਪੁਰ 'ਚ ਪੈਂਦਾ, ਟਾਂਡਾ ਰਾਮਪੁਰ 'ਚ ਜਵਾਲ ਦੇ ਵੀ ਸੀਗੇ ਗੱਲ ਰਾਮਪੁਰ 'ਚ ਜਵਾਲ ਦੇ, ਮੈਂ ਕਹਿੰਦਾ ਸਾਰੇ ਇੱਧਰ ਦੇ ਪੈਂਦੇ ਸੀਗੇ।
ਜਿਸ ਵਕਤ ਇਹ ਗੱਲ ਹੋਈ ਤਾਂ ਉੱਥੇ ਫਿਰ ਇਹਨੂੰ ਅਸੀਂ ਜਾਮੇ ਮਾਰ ਦਿੰਦਾ, ਨਹੀਂ ਫਿਰ ਮਾਰ ਜਿੱਥੋਂ ਨਿਕਲੇ ਬਾੜ ਦਿਓ। ਉਹਦੇ ਬਾਅਦ ਆਸਾ ਸਿੰਘ ਦੇ ਕੋਲ ਛਵੀ ਸੀਗੀ, ਉਹ ਛਵੀ ਆਪਣੇ ਕੱਟ ਕੇ ਢੋਲ ਜੱਟ ਦੇ ਧੌਮ 'ਤੇ ਮਾਰੀ, ਤਾਂ ਉਹਦੀ ਧੌਮ ਲਾ ਕੇ ਪੁੰਜੇ ਰੱਖ ਦਿੱਤੀ। ਮੁਸਲਮਾਨ ਦੀ? ਮੁਸਲਮਾਨ ਦੀ, ਅਸਾਂ ਵਿਸ਼ੇ ਦੇ ਜੱਟ ਉੱਥੇ ਟੂਰਨਾਮੈਂਟ ਰੱਖਿਆ ਸੀ ਨਾ। ਅੱਛਾ 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 ਅੱਛਾ, ਟੂਰਨਾਮੈਂਟ ਵਿੱਚ ਅਸਾਂ ਖੇਡੇ ਸੀ, ਤਾਂ ਮੁਸਲਮਾਨ ਨੇ ਇਹ ਗੱਲ ਕਹੀ ਦਾ ਵੀ ਸਿਆੜੀਆਂ ਨੂੰ ਜਿੱਥੋਂ ਨਿਕਲੇ ਇੱਥੇ ਬਾੜ ਦਿਓ। ਅੱਛਾ ਅੱਛਾ ਅੱਛਾ, ਅਤੇ ਸਿਆੜੀਆਂ ਨੂੰ ਜਿੱਥੇ ਨਿਕਲੇ ਉੱਥੇ ਬਾੜ ਦਿਓ। ਠੀਕ ਹੈ ਜੀ, ਠੀਕ ਹੈ। ਆਸਾ ਸੂ ਨੇ ਮਾਰੀ ਸੀ ਉਹਦੀ? ਹਾਂਜੀ, ਆਸਾ ਇਹਨੇ ਮਾਰ ਕੇ ਉਹਦੀ ਧੌਣ ਲਾ ਦਿੱਤੀ। ਆਸਾ ਸੂ ਵੀ ਸੀਗਾ ਉੱਥੇ ਦਾ ਹੀ? ਅੱਠ ਚੱਕ ਦਾ। ਅੱਠ ਚੱਕ ਦਾ, ਪਿੱਛੋਂ ਹਰਸ਼ੀ ਪਿੰਡ ਦਾ? ਢੋਲਣ? ਨਹੀਂ, ਢੋਲਣ ਵਾਲੀ, ਪਿੱਛੋਂ ਢੋਲਣ ਵਾਲਾ। ਹੁਣ ਢੋਲਣ ਵਾਲੇ ਬੈਠੇ ਹੋਏ ਆ ਉਹ, ਪੁਰਾਣੇ ਪਿੰਡ ਦਾ ਮੈਨੂੰ ਪਤਾ ਨਹੀਂ, ਪਰ ਢੋਲਣ ਵਾਲੇ ਬੈਠੇ ਹੋਏ ਆ। ਜੀ ਜੀ, ਜਿਸ ਵਕਤ ਉਹਨੂੰ ਮਾਰ ਦਿੱਤਾ, ਉਸ ਮੌਕੇ ਦੇ ਨਾਲ ਨਾ ਉੱਥੇ ਇੱਕ ਸਵੈਚ ਉਸ ਅੰਗ ਮਤਲਬ ਮੁਸਲਮਾਨ ਸੀਗਾ, ਤਾਂ ਜਿਹੜਾ ਮੌਕੇ ਨਾਲ ਥਾਣੇਦਾਰ ਵੀ ਸੀ ਉਹਦਾ ਇਲਾਕੇ ਦਾ, ਉਹ ਮੁਸਲਮਾਨ ਹੀ ਸੀਗਾ। ਤਾਂ ਇਹ ਮਾਰਨਾ ਮਾਰਨੀ ਤਾਂ ਨਹੀਂ ਪੈਣੀ ਸੀ, ਪਰ ਇਹਨਾਂ ਨੂੰ ਨਸਣਾ ਪੈ ਗਿਆ ਸੀ, ਮੁਸਲਮਾਨ ਇਹਨਾਂ ਦੇ ਪਿੱਛੇ ਲੱਗ ਗਿਆ ਸੀ। ਇਹਨੂੰ ਫਿਰ ਹੋਰ ਕਿਸੇ ਬੰਦੇ ਦੇ ਵਰਦਾਨ ਨਹੀਂ, ਹੁਣ ਚੇਤਾ ਸੀ, ਹੁਣ ਉਹਨੂੰ ਕਿਹਾ ਵੀ ਆਸਾ ਸੀ ਐਡੀ ਲਾਸ਼ ਨੂੰ ਕੀ ਕਰਨਾ। ਜਦ ਇੱਥੇ ਤਾਂ ਗੱਲ ਕਹਿ ਤੀ ਵੀ ਸਿਆਣੀ ਜਿੱਥੇ ਨਿਕਲੇ ਇੱਥੇ ਬਾੜ ਦਿਓ, ਇਹ ਤੋਂ ਵੱਡੀ ਗੱਲ ਕੋਈ ਨਹੀਂ ਹੋ ਨਹੀਂ ਸਕਦੀ, ਹੋ ਨਹੀਂ ਸਕਦੀ। ਤਾਂ ਉਹ ਨਹੀਂ, ਉਹਨੂੰ ਜਿਹੜੇ ਵਕਤ ਹੋ ਗਈ ਤਾਂ ਫਿਰ ਮੁਸਲਮਾਨ ਜਿਹੜੇ ਮੋਹਰੇ ਲੱਗ ਗਏ, ਮੁਸਲਮਾਨ ਮੋਹਰੇ ਲੱਗ ਗਏ। ਉਹਦੇ ਬਾਅਦ ਫਿਰ ਕਾਫੀ ਬੰਦੇ ਉਹਦੇ ਵਿੱਚ ਆਏ, ਇੰਨੀ ਕਟਾਈ ਹੋਈ ਇਹਦੇ ਕੋਈ ਅੰਜਾਂਦਾ ਨਹੀਂ ਰਿਹਾ, ਅੰਦਾਜ਼ਾ ਨਹੀਂ ਰਿਹਾ। ਅਖੀਰ ਇਹ ਹੋਈ ਵੀ ਜਿਹੜਾ ਆਸਾ ਸਿੰਘ ਸੀ ਉਹਨੂੰ ਫਾਂਸੀ ਦਾ ਆਰਡਰ ਹੋ ਗਿਆ, ਅਤੇ ਜਿਹੜੇ ਨਾਲ ਦੇ ਬੰਦੇ ਸੀ ਉਹਨਾਂ ਦੀ ਪੰਜ ਪੰਜ ਸਾਲ ਦੀ ਸਜ਼ਾ ਹੋ ਗਈ। ਫਿਰ ਅੱਠਾਂ ਪਿੰਡਾਂ ਨੇ ਪਹਿਲਾਂ 50,000 ਰੁਪਈਏ ਇਕੱਠੇ ਕੀਤੇ ਸੀ, 50,000 ਰੁਪਈਏ ਦੁਬਾਰਾ ਫਿਰ ਇਕੱਠੇ ਕੀਤੇ। ਫਿਰ ਇਹਦੀ ਮਾਂ ਨੇ ਬਿਆਨ ਇਹ ਦਿੱਤਾ ਵੀ ਜਾ ਕੇ ਜਾਂ ਆਸਾ ਸਿੰਘ ਦੀ ਨੇ ਵੀ ਮੈਂ ਆਪਣੇ ਪੁੱਤ ਦੇ ਜਿੰਨੇ ਵੀ ਬਾਰੀ ਕੌਮ ਉਨੇ ਬਰਾਬਰ ਪੈਸੇ ਦੇ ਤੌਰ ਦਿੰਦੇ ਪਏ ਵੀ ਜਾਨ ਬਖਸ਼ੀ ਜਾਵੇ। ਅੱਛਾ, ਜਿੰਨੀ ਵਾਰੀ ਵੀ ਕਹੋ ਮੈਂ ਲੋੜ ਇਹਦੇ ਬਰਾਬਰ ਤੋਲ ਦੂੰ, ਪਰ ਇਹਦੀ ਜਿਹੜੀ ਜਾਨ ਉਹ ਬਖਸ਼ੀ ਜਾਵੇ। ਪਰ ਅੰਗਰੇਜ਼ ਸਰਕਾਰ ਦੇ ਉਸ ਮੌਕੇ ਦੇ ਲਿਹਾਜ਼ ਨਾਲ ਉਹਦੇ ਫਾਂਸੀ ਦੇ ਆਰਡਰ ਜਿਹੜੇ ਸੀ ਤੋੜ ਦਿੱਤੇ। ਤੋੜ ਦਿੱਤੇ? ਤੋੜ ਦਿੱਤੇ।